ਹਾਂਜੀ ਦੋਸਤੋ, ਕੀ ਹਾਲ ਚਾਲ? ਉਮੀਦ ਕਰਦੇ ਹਾਂ ਵੀ ਸਾਰੇ ਜਾਣੇ ਤੁਸੀਂ ਕੈਂਟ ਹੋਗੇ ਅਤੇ ਮੈਂ ਤੁਹਾਡਾ ਆਪਣਾ ਤਾਲੀਵਾਲ, ਅਤੇ ਤੁਸੀਂ ਦੇਖ ਰਹੇ ਹੋ ਤਾਲੀਵਾਲ ਗੇਮਿੰਗ, ਅਤੇ ਲੈ ਕੇ ਆ ਗਏ ਤੁਹਾਡੇ ਲਈ ਇੱਕ ਹੋਰ ਘੈਂਟ ਜੀ ਵੀਡੀਓ ਰੈਂਚ ਸਿਮੂਲੇਟਰ ਦੀ। ਅਤੇ ਅੱਜ ਆਪਣੇ ਨਾਲ ਕਹਿੰਦੇ ਵੀ ਆਪਣਾ ਗੰਜਾ ਬਾਈ ਖੇਡ ਰਿਹਾ ਅਤੇ ਨਾਲ ਗਿੱਲ ਬਾਈਟੀ, ਇੱਕ ਹੋਰ ਹੈ ਮੁੰਡਾ, ਉਹ ਸ਼ਾਇਦ ਆਵੇ ਨਾ ਆਵੇ, ਉਹਦਾ ਆਏ ਦਾ ਵੀ ਕੋਈ ਫਾਇਦਾ ਨਹੀਂ ਕਿਉਂਕਿ ਉਹਨੇ ਸੁੱਤਾ ਰਹਿਣਾ। ਅਤੇ ਚਲੋ ਹੁਣ ਗੇਮ 'ਚ ਚੱਲਦੇ ਹਾਂ ਅਤੇ ਅੱਜ ਨਵੀਆਂ ਨਵੀਆਂ ਚੀਜ਼ਾਂ ਕਰਦੇ ਹਾਂ। ਅਤੇ ਪਿਛਲੀ ਵਾਰ ਸਾਨੂੰ ਕੁਝ ਚੀਜ਼ਾਂ ਪਤਾ ਨਹੀਂ ਲੱਗੀਆਂ ਸੀ, ਇਹ ਵੀਡੀਓ ਵੀ ਅਸੀਂ ਨਾਲ ਹੀ ਪ੍ਰੀ ਕਰ ਲਈ ਬਈ, ਫਿਰ ਤੁਸੀਂ ਕਹੀ ਚਲੋ ਅਸੀਂ ਆਹ ਦੱਸਿਆ ਤੁਸੀਂ ਕੀਤਾ ਨਹੀਂ, ਹੈ ਨਾ? ਉਹ ਇਸ ਤੋਂ ਬਾਅਦ ਜਿਹੜੀ ਵੀਡੀਓ ਆਊਗੀ ਜਾਂ ਉਸ ਤੋਂ ਬਾਅਦ ਆਊਗੀ, ਉੱਥੇ ਤੁਹਾਡੀਆਂ ਗੱਲਾਂ ਅਪਲਾਈ ਹੋਣਗੀਆਂ। ਦੱਸਿਓ ਵੀ ਰੰਗ ਰੁੰਗ ਸਾਰਾ ਕੁਛ ਆ ਜਾਓ ਜੀ। ਅਤੇ ਹੱਚ ਯਾਰ, ਤੁਸੀਂ ਮੈਨੂੰ ਦੱਸੋ ਤੁਸੀਂ ਸਬਸਕ੍ਰਾਈਬ ਕਿਉਂ ਨਹੀਂ ਕਰਦੇ? ਜਾ ਕੇ ਦੇਖ ਪਹਿਲਾਂ ਬਾਈ, ਦੇਖੋ ਸਬਸਕ੍ਰਾਈਬ ਨਹੀਂ ਕੀਤਾ, ਸਬਸਕ੍ਰਾਈਬ ਕਰੋ ਜਾ ਕੇ। ਆ ਜਾਓ ਜੀ, ਉਹ ਉੱਡ ਗਈ ਜੀ ਆਪਣੇ ਆੜੀ। ਤੇ ਜਿੱਲੇ ਆ ਜਾਓ, ਸਬਸਕ੍ਰਾਈਬ ਨਾ ਕੀਤਾ ਗੱਡੀ ਚਾੜ ਦਾਂਗੇ ਉੱਤੇ। ਉਹ ਤੁਹਾਡੀ ਪੈ, ਆ ਜਾਓ ਧਾਰਾ ਧੁਰਾ ਕੱਢ ਲਗੇ। ਚਲ ਬਈ ਚਲੋ, ਪਹਿਲਾਂ ਕਰ ਲਾ ਆਪਣਾ ਧਾਰਾ। ਬਾਅਦ ਚ ਤਾਂ ਨਹੀਂ ਮਰੀ ਕੋਈ ਗਾਂ? ਨਹੀਂ ਨਹੀਂ ਹਜੇ ਤੱਕ ਗਾਂ ਨਹੀਂ ਮਰੀ। ਦੇ ਮੈਂ ਬਈ, ਉਹ ਗਿੱਲ ਤਰਖਾਣ ਬਾਈ ਜੀ, ਲਓ ਜੀ, ਕਹਿੰਦੇ ਬਾਈ ਬੱਕਰੀ, ਆਪਾਂ ਦੋ ਬੱਕਰੀਆਂ ਲੈ ਕੇ ਆਏ ਸੀ, ਇੱਧਰ ਆ ਜਾਓ ਤੁਹਾਨੂੰ ਦਿਖਾਵਾਂ। ਦੋ ਬੱਕਰੀਆਂ ਲਿਆਏ ਸੀ, ਪੰਜ ਹੋ ਗਈਆਂ ਤੁਹਾਡੀ। ਓਏ ਲੇਲੇ ਤੇ ਲੇਲੇ ਚੜਾ ਫਿਰਦਾ। ਓਏ ਓਏ ਓਏ, ਉਹ ਪੱਤ ਗਏ, ਉਹ ਕਰਦਾ, ਓਏ ਉਹ ਕਰਦਾ, ਉਹ ਕਰ, ਫੜੋ ਫੜੋ ਫੜੋ, ਅੱਜ ਖੋਲੀ ਗੁੰਡਾ ਅੱਜ ਬਾਈ ਤੁਹਾਡੀ। ਜਿਹੜੇ ਤੂੰ ਕਹਿੰਦਾ ਸੀ ਉਹ ਦੋ ਬਾਰ ਲਾਦ ਗਈ ਯਾਰ ਉਹ। ਨਹੀਂ ਹਜੇ ਨਹੀਂ, ਉਹਦੇ ਲਈ ਮੇਰੀ ਕੋਲੇ ਪਲੈਨਿੰਗ ਇੱਕ ਹੋਰ ਚੱਲੀ ਜਾਂਦੀ, ਆਪਾਂ ਇਦਾਂ ਨਹੀਂ ਕਰਦੇ। ਅੱਛਾ ਠੀਕ ਆ। ਤੇ ਇੱਥੇ ਆਪਣੀ ਓਏ ਆ ਇੱਕ ਮਤਲਬ ਗਾਂ ਬਣ ਗਈ ਵਧੀਆ? ਨਹੀਂ ਹਜੇ ਨਹੀਂ ਬਣੀ, ਹੈ ਨਾ? ਹਜੇ ਨਹੀਂ, ਛੋਟੀ ਆ, ਬੱਚੀ ਆ, ਛੋਟੀ ਹੋਈ ਬੱਚੀ ਆ। ਇਹ ਤਾਂ ਮੇਰੇ ਬੱਚਾ ਲੱਗਦਾ ਮੈਨੂੰ। ਉਹ ਕਿਹੜੇ ਸਟਾਈਲ ਨਾਲ ਬੈਠਾ ਉਹ ਪਰੇ ਦੇਖ, ਕਿੱਥੇ ਉੱਠ ਕੇ ਚਟਾਇਆ ਸੀਗਾ। ਇੱਧਰ ਦੇਖੀਏ, ਟੱਠੇ ਆ ਇਹ, ਇਹਨਾਂ ਨੂੰ ਦੇਖ। ਉਹ ਟੱਠੇ ਤਾਂ ਹੈਗੇ, ਮਤਲਬ ਖਾਣਾ ਦੇਣਾ ਤਾਂ ਦੇਖਣਾ ਹੀ ਪੈਣਾ ਹੈ। ਉਹ ਤਾਂ ਇੱਕ ਹੀ ਰਹਿ ਗਿਆ ਟੱਠਾ ਹੋਏ, ਟੱਠੇ ਦੋ ਇੱਧਰ ਹੀ ਛੱਡ, ਉੱਧਰ ਪਾਇਆ ਓਏ, ਇੱਕ ਇੱਧਰ ਛੱਡਿਆ ਹੋਇਆ ਹੈ ਇਹਨਾਂ ਕੋਲ। ਅੱਛਾ ਕਰਤਾ ਕੰਮ ਯਾਰ, ਆਪਾਂ ਇੱਕ ਗੱਲ ਤੇ ਕਰਤੀ, ਮੈਂ ਨੁਸਖ ਕੱਢਣ ਲੱਗਾ। ਓਏ ਫੇਗੋਲ ਤਾਂ ਕੱਢੋ ਜੀ, ਕੱਢੋ। ਇਹ ਪਤਾ ਕੀ ਕਰਨਾ ਚਾਹੀਦਾ ਸੀ, ਇਹ ਮਿਸਤਰੀ ਸਾਹਿਬ ਦੀ ਚਲੋ ਗਲਤੀਆਂ ਨੇ, ਉੱਦਾਂ ਹੱਲੇ ਵੀ ਆਪਾਂ ਕਰ ਸਕਦੇ ਹਾਂ ਕਿ ਮੇਰੇ ਨਾਲ ਆਓ, ਮੇਰੇ ਨਾਲ ਆਓ ਮਿਸਤਰੀ ਸਾਹਿਬ। ਬਾਹਰ 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 ਆ ਗਏ। ਤਰਖਾਣ ਸਾਹਿਬ ਆ ਗੱਲ ਸੁਣ ਮੇਰੀ। ਹਾਂਜੀ ਠੀਕ ਹੈ ਜੀ। ਹਾਂਜੀ, ਆਹ ਜਿਹੜੀਆਂ ਕੰਧਾਂ ਨੇ, ਕੰਧਾਂ ਨੇ ਠੀਕ ਹੈ, ਇਹਨਾਂ ਚੋਂ ਜਿੰਨਾ ਵੀ ਏਰੀਆ ਕਵਰ ਕਰਨਾ ਉੱਥੋਂ ਇੱਕ ਤੋੜ ਦਿਓ। ਆਹ ਇੱਥੇ ਇੱਦਾਂ ਪਾਓ ਇੱਕ ਬੈਰੀਅਰ, ਤੇ ਇੱਕ ਲਾ ਦਿਓ ਪੌੜੀ, ਤਾਂ ਕਿ ਜਿਹਨਾਂ ਨੇ ਬਾਹਰ ਖੁੱਲ੍ਹੇ 'ਚ ਵੀ ਘੁੰਮਣਾ ਹੋਵੇ ਆਪਣੀ ਮਰਜ਼ੀ ਨਾਲ ਘੁੰਮ ਲੈਣ। ਓਏ ਆਹ ਜਿਹੜੀ ਤੂੰ ਗੱਲ ਕਰਾਤੀ ਨਾ ਬਾਈ, ਪੁਆਇੰਟ ਪਤਾ ਕੀ ਹੈ ਫਿਰ ਇੱਕ ਬਾਈ, ਮੈਂ ਇੱਕ ਹੋਰ ਥੋੜ੍ਹਾ ਜਿਹਾ ਐਡ ਕਰਾਂ ਇੱਥੇ, ਮਤਲਬ ਮੇਰੀ ਫਿਰ ਆਪਾਂ ਗਾਈਆਂ ਇੱਕ ਸਾਈਡ ਕਰ ਲੈਂਦੇ ਹਾਂ, ਉੱਧਰੋਂ ਇੱਧਰ ਲਿਆਉਣਾ ਦੂਜੀਆਂ ਵੀ, ਇੱਦਾਂ ਕਰ ਲਓ। ਇਹਨਾਂ ਦਾ ਅੱਡ ਅੱਡ ਬਣਾ ਦਿੰਦੇ ਹਾਂ, ਜਿਵੇਂ ਇੱਥੋਂ ਇਹਦਾ ਇੱਥੋਂ ਤੱਕ ਹੋ ਗਿਆ। ਓਏ ਅੱਡ ਅੱਡ ਕਾਹਨੂੰ, ਇੱਥੇ ਤੁਹਾਨੂੰ ਟੱਠੇ ਛੱਡਣੇ ਪੈਂਦੇ, ਉਹ ਅਗਲੇ ਆਪੇ ਘੁੰਮੀ ਜਾਣਗੇ ਵਿੱਚ। ਹੋਰ ਨਾਈਸ ਹੈ, ਵੀ ਨਾਈਸ ਹੈ, ਕਰ ਫਿਰ ਚਲੋ ਅੰਦਰਲੇ ਨਾ ਤੋੜੋ ਬੈਰੀਅਰ, ਐ ਇੱਥੋਂ ਰਸਤਾ ਕੱਢ ਦੇ ਇੱਕ ਬਾਰ। ਹਾਂ ਪਹਿਲਾਂ ਬਣਾ ਲਾ ਕਿਤੇ, ਪਹਿਲਾਂ ਤੋੜ ਦਈਏ। ਚੱਲ ਬਾਈ ਖੜ ਜਾ, ਖੜ ਜਾ, ਸਾਨੂੰ ਸੈਂਪਲ ਦਿਖਾਉਣਾ, ਮੈਂ ਖੜ ਜਾ, ਕੱਢ ਦੀ ਉਹਨੇ ਲਾਲ ਕਿਤਾਬ। ਆਓ ਜਾਦੂ ਮੰਤਰ ਕਰਾਂਗੇ, ਇੱਕ ਤਾਂ ਆਰਕੀਟੈਕਚਰ ਤਗੜਾ ਬਣਾ, ਆਰਕੀਟੈਕਚਰ ਬਹੁਤ ਤਗੜਾ ਆਪਾਂ, ਆਰਕੀਟੈਕਚਰ ਆ ਬਈ, ਕੰਧ ਸਿੱਧੀ ਵੜੀ ਇੱਕ ਦੀ ਦੇਖੋ, ਜੇ ਸਿੱਧੀ ਨਾ ਹੋਈ ਤੋੜ ਦਿਓ, ਤੋੜ ਦਿਓ ਬਈ, ਤੋੜ ਦਿਓ, ਬਿੰਗੀ ਬਿੰਗੀ ਬਈ, ਕੱਢ ਜਾ ਤੂੰ, ਕੱਢਣਾ ਹੋਇਆ ਇੱਕ ਮੇਰੀ ਕਿਤਾਬ ਨਿਕਲ ਗਈ। ਲੈ ਲੱਗੀ ਨਾਲ ਜਾਵਾਂ ਸਿਰੇ, ਦੇਖੀ ਉਹ ਚੱਲ ਟੇਡੀ ਵਿੰਗੀ ਨੂੰ ਕੀ ਆ, ਤੂੰ ਲਾ ਦੇ ਬਸ, ਛੱਤ 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 ਲਾਵਾਂ? ਨਹੀਂ ਹਜੇ ਨਾ ਲਾਇਓ ਬਈ, ਪਤਾ ਕਿਉਂ? ਜੇ ਆਪਾਂ ਲਾ ਦਿੰਦੇ ਨਾ, ਜਦੋਂ ਆਪਾਂ ਤੋੜਨੇ ਤਾਂ ਲੱਕੜ ਇੱਕ ਘੱਟ ਮਿਲਦੀ ਹੈ।
ਉਹ ਫੇਰ ਰਹਿਣ ਦਿਓ ਇੰਨਾ ਲੰਮਾ ਕਰਨਾ ਦੇਖੀ ਕਿ ਦੂਰ ਲੰਮਾ ਕਰਾ ਐਡਾ ਬਹੁਤ ਹੈ ਇੱਕ ਹੋਰ ਵੀ ਕਰ ਲਓ ਕਿਤੇ ਨਹੀਂ ਇੱਕ ਹੋਰ ਕਰ ਲਾ ਵਧੀਆ ਨਹੀਂ ਹੈ ਹਾਂ ਹੋਰ ਕਰ ਲਓ ਚੱਲ ਇੱਕ ਹੋਰ ਕਰ ਲਓ ਕਰ ਚੱਕ ਥੱਲੇ ਮੈਂ ਠੀਕ ਠੀਕ ਹੁਣ ਇਧਰ ਆਉਣ ਦੇ ਥੋੜੀ ਉੱਚੀ ਨਹੀਂ ਲੱਗੀ ਕੋਈ ਚੱਕਰ ਨਹੀਂ ਉਹ ਉੱਚੀ ਨਹੀਂ ਮੈਨੂੰ ਕੀ ਐਡਾ ਕਿਹੜਾ ਇੱਥੇ ਬਰਾਤ ਬਟਾਉਣੀ ਹੈ ਛੱਡੀਆਂ ਤਾਂ ਗਏ ਵਾ ਜਾਣ ਦੇ ਖੋਰ ਲਾ ਹੱਲੀ ਕਿਉਂ ਜਾਂਦਾ ਹੁੰਦਾ ਹੈ ਮੈਨੂੰ ਇਹ ਨਹੀਂ ਸਮਝ ਆਉਂਦੀ ਨਾਲ ਦੀ ਲਾ ਦਿਆ ਕਰ ਸੈਟਿੰਗ 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 ਪਹਿਲਾਂ ਕਿਹੜਾ ਤਾਜ ਮਹਿਲ ਬਣਾਤਾ ਵੀ ਤੇਰੇ ਹੱਥ ਵੱਢਣੇ ਤੂੰ ਲਾਜ ਦੰਦੀਆਂ ਲਾਦੀ ਉੱਚੀਆਂ ਚੱਲ ਹੋਰ ਵੈਸੇ ਹੈ ਤਾਂ ਦੋਵਾਂ ਦੇ ਬਰਾਬਰ ਬਣਾਉਣਾ ਇੱਥੋਂ ਤੱਕ ਬਣਾਉਣਾ ਇੱਥੋਂ ਤੱਕ ਯਾਰ ਸਾਰਾ ਐਂਡ ਤੱਕ ਲਾ ਦੇ ਤਾ ਐਂਡ ਤੱਕ ਲਾ ਦੇ ਨਾ ਕਲ ਕਰ ਲਾਏਗਾ ਟੇਡਾ ਮੈਨੂੰ ਪਤਾ ਜਾ ਰਿਹਾ ਟੇਡਾ ਬਹੁਤ ਟੇਡਾ ਜਾ ਰਿਹਾ ਇੱਕ ਮਿੰਟ ਐਂਡ ਤੱਕ ਨਹੀਂ 1 2 3 4 5 6 2 ਗਬਲੇ ਤੋਂ ਛੱਡ ਦੇ ਤੇ ਉਧਰਲੇ ਦੋ ਇਦਾਂ ਕਰ ਟੇਡੀ ਇੱਕ ਮਿੰਟ ਇੱਧਰ ਆ ਪਹਿਲਾਂ ਇੱਧਰ ਆ ਇੱਧਰ ਆ ਹੈਲੋ ਇੱਧਰ ਆ ਪਹਿਲਾਂ ਤਰਨਾ ਗਿਆ ਮੈਨੂੰ ਲੱਗਾ ਗੇਟ ਲੱਗ ਗਿਆ ਇੱਕ ਮਿੰਟ ਮੈਂ ਵੀ ਕਿਉਂ ਪਿਆ ਰਹਿਣ ਦੇ ਗੇਟ ਕੀ ਕਰਨਾ ਇੱਥੇ ਇੱਥੇ ਖੁੱਲੀਆਂ ਛੱਡਤੀਆਂ ਕਿਸੇ ਨੇ ਭਾਲੂ ਖਾਜੂ ਆ ਕੇ ਛੱਡ ਦੇ ਕਹਿੰਦਾ ਖੁੱਲੂ ਕਿੱਦਾਂ ਦਾ ਬਈ ਯਾਰ ਇਹ ਗਿੱਲ ਨੇ ਲਾਇਆ ਦਿਮਾਗ ਆਏ ਹੋਏ ਤੇਰਾ ਨਜ਼ਰ ਨਾ ਲੱਗ ਜੇ ਤੈਨੂੰ ਜਾਂਦੀ ਰੂਪ ਰੇਖਾ ਜਾਂਦੀ ਟਾਉਣ ਲੱਗ ਜਾ ਪਿੱਛੇ ਵੀਰੇ ਗੇਟ ਦੋ ਲਾਵਾਂਗੇ ਇੱਕ ਇੱਥੇ ਲਾ ਫਿਰ ਇੱਕ ਇੱਥੇ ਲਾ ਦੁਬਾਰੇ ਆ ਕੇ ਅੰਦਰ ਵੀ ਆਹ ਜਗ੍ਹਾ ਹੋਵੇ ਆਪਣੇ ਕਿਉਂਕਿ ਇੱਕ ਬੰਦ ਕਰਕੇ ਅੰਦਰ ਐਂਟਰ ਹੋਇਆ ਕਰਕੇ ਤੈਨੂੰ ਭੱਜ ਜਾਂਦੀਆਂ ਨਾ ਇਹ ਐਡੇ ਗਰਾਊਂਡ 'ਚ ਕਿਹੜਾ ਲੱਭੂ ਇਹਨਾਂ ਨੂੰ ਵਾਓ ਨਾਈਸ ਇੱਕ ਤਾਂ ਇੱਥੇ ਆ ਗੇਟ ਇੱਕ ਇੱਥੇ ਲਾਈ ਇਹ ਆਹ ਥਾਂ 'ਚ ਇੱਥੇ ਇੱਥੇ ਜਿੱਥੇ ਮੈਂ ਖੜਾ ਇੱਕ ਮਿੰਟ ਹਾਂ ਸਮੇਂ ਦੀਜੀਏ ਸਮੇਂ ਸਮੇਂ ਵੀਰੇ ਤੁਹਾਨੂੰ ਚੱਕ ਗਿੱਲਾ ਹੁਣ ਤੂੰ ਤੂੰ ਕਹਿੰਦਾ ਨਾ ਇੱਥੇ ਗੇਟ ਕਿਉਂ ਲਾਇਆ ਤੈਨੂੰ ਦੱਸਦਾ ਮੈਂ ਉਹ ਇਹਨੂੰ ਅੱਗੇ ਨੂੰ ਕਰ ਮੇਰਾ ਪਟਾਕਾ ਪੈ ਗਿਆ ਹੈਲੋ ਮਾਰ ਟਪਾਤਾ ਮਾਰਦਾ ਅੱਗੇ ਨੂੰ ਲੈ ਕੇ ਚੱਲ ਇੱਕ ਮਿੰਟ ਮੇਰਾ ਰੱਖ ਲੈ ਲੱਕੜਾ ਚਲੋ ਮੈਂ ਤਾਂ ਇਹ ਦੂਜਾ ਹੈਰਾਨ ਆ ਵੀ ਤੁਹਾਨੂੰ ਜਿਹੜਾ ਆਲੇ ਦੁਆਲੇ ਸਾਰੇ ਫਾਰਮ ਦੇ ਫੈਂਸ ਲਾਇਆ ਇਹਨੂੰ ਲਾਉਣ ਕਿੰਨਾ ਟਾਈਮ ਲੱਗਾਊਗਾ ਨਹੀਂ ਅਸੀਂ ਨਹੀਂ ਲਾਇਆ ਓਕੇ ਇਹ ਸਪੈਂਕਰ ਤੇ ਗੌਰਵ ਆਪ ਹੀ ਲਾ ਗਏ ਸੀ ਠੀਕ ਹੈ ਲਓ ਜੀ ਮੇਰੇ ਹੁਣ ਆਪਾਂ ਦਰਵਾਜ਼ੇ ਬਾਵਾ ਲਾਤੇ ਵੀ ਗਾਂ ਭੱਜਣ ਦਾ ਤਾਂ ਕੋਈ ਟਾਈਮ ਚ ਹੋਈ ਹੈ ਨਹੀਂ ਹੁਣ ਪੌੜੀ ਲਾ ਦੇ ਫਿਰ ਕਿੱਡੀ ਗੱਲ ਹੈ ਪੌੜੀ ਪੌੜੀ ਹੁੰਦੀ ਹੈ ਸਾਰੀਆਂ ਨਾ ਭਾਨੂੰ ਇੱਕ ਇੱਕ ਛੱਡੋ ਵੀ ਉਹਨਾਂ ਚੋਂ ਹੁਣ ਤਾਂ ਭੰਤੀ ਚਲੋ ਕੋਈ ਨਾ ਇੱਥੇ ਤਾਂ ਹੈ ਕੋਈ ਨੀ ਹਲੇ ਤੇਰੀ ਗਾਲੀ ਬਹੁਤ ਹੈ ਗਾਲੀ ਬਹੁਤ ਜ਼ਿਆਦਾ ਆਪੇ ਗਾਲਾਂ ਕੱਢੀ ਚੱਲੂ ਹੁਣ ਆਪਾਂ ਨੂੰ ਕੀ ਹੈ ਗੱਲ ਅਸੀਂ ਕੁਛ ਨੀ ਕੀਤਾ ਵੀਰੇ ਦੇਖਿਆ ਕੰਮ ਦੇ ਸਾਰੇ ਬਣ ਗਿਆ ਨਾ ਓਪਨ ਰੇਂਜ ਉਹ ਸਿਰਾਂ ਬਾਬੇ ਤੂੰ ਤਾਂ ਗੱਲ ਤਾਂ ਸਾਡੀ ਆ ਠੀਕ ਹੈ ਜੀ ਮਾਣ ਹੀ ਨਹੀਂ ਕੀਤਾ ਓਏ ਤੇਰੀ ਭੈਣ ਕਰੀ ਵੀ ਨਾ ਬਈ ਤੂੰ ਨਾ ਕਰਾਂ ਕੀ ਕਰਾਂ ਮੈਂ ਤੇ ਗਿੱਲਾ ਹੁਣ ਇੱਥੇ ਵੀ ਇੱਕ ਨਾ ਬਾਹਰ ਖੁਰਲੀ ਪਾ ਦੇ ਥੋੜੀ ਜਿਹੀ ਪਾਣੀ ਪੂਣੀ ਪਾਉਣ ਨੂੰ
ਓਏ ਮੈਂ ਕਹਿੰਦਾ ਬੱਕਰੀ ਨਾਲ ਆਪਾਂ ਅੱਡਣਾ ਛੱਡ ਲੈਂਦੇ ਯਾਰ ਪਰਲੇ ਪਾਸੇ ਬੱਕਰੀਆਂ ਜਾਂਦੇ ਕੀ ਗੱਲ ਕਰਦੇ ਆਪਾਂ ਓਏ ਉਹ ਤੇਰੀ ਭੈਣ ਨੂੰ ਪਿਆਰ ਹੋ ਗਿਆ ਉਹ ਪਿਆਰ ਹੋ ਗਿਆ ਨਾ ਚ ਬਾਜੀ ਵਾ ਓਏ ਓਏ ਪਿਆਰ ਕਿੱਥੇ ਜਾਂਦਾ ਪਿਆ ਓ ਨਾਈਸ ਓਏ ਐ ਟੈਣਾ ਨਾ 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 ਉਹ ਗਿਆ ਉਹ ਗਿਆ ਇਹ ਤਾਂ ਕਾਫੀ ਦੂਜਾ ਅੰਡਰ ਏਜ ਨਹੀਂ ਕੰਮ ਕਿਹਨੂੰ ਹੋ ਗਿਆ ਦੱਸ ਉਹ ਬਸ ਮੁੜਿਆ ਹੁਣ ਤੁਸੀਂ ਹੁਣ ਤਾਂ ਹੋ ਗਿਆ ਜਿਹਨੂੰ ਹੋਣਾ ਸੀ ਉਹ ਬੰਦੂਕ ਦਿਖਾ ਕੇ ਮੁੜੀ ਜਾਂਦਾ ਹਟ ਹਟ ਜਾਂ ਦੇ ਨਹੀਂ ਪੁੱਟਗਾ ਲੈ ਬਈ ਇੱਕ ਆ ਕੰਧ ਜੀ ਲਾਦਾ ਹੁਣ ਮੈਂ ਜਿਹੜੀ ਵੀ ਪੱਟ ਦੀ ਤਾਂ ਮੈਨੂੰ ਉਹ ਪੋਲ ਨੇਪਾਲਿਕ ਲੱਗਦਾ ਉਹਦੇ ਪੱਲੇ ਹੈ ਨਹੀਂ ਕੁਛ ਮੈਂ ਕਿਹੜਾ ਹੱਥ ਲਾ ਕੇ ਦੇਖਿਆ ਮੈਂ ਨਹੀਂ ਬਈ ਪ੍ਰੈਗਨੈਂਟ ਹੋ ਗਈ ਬੱਚੀ ਵਾ ਉਹ ਵੀ ਇਹ ਮਾਰ ਰੱਖਾਂ ਜੀ ਬੈਠ ਕਰੀ ਫਿਰਦੇ ਮੁੰਡੇ ਬਈ ਹੁਣ ਆਪਾਂ ਕੀ ਕਰਨਾ ਗਿੱਲ ਵੀਰੇ ਗਿੱਲ ਵੀਰ ਜੇ ਹਾਂਜੀ ਆ ਕੰਧਾਂ ਦਾ ਲਾ ਦੇ ਜਿਹੜੀਆਂ ਭੰਨੀਆਂ ਆ ਬਈ ਇੱਕ ਇੱਕ ਪਾ ਇੱਥੇ ਫਟੀ ਗਿਆ ਇੱਧਰ ਵੀਰ ਜੀ ਨਗਰ ਵੀ ਇੱਧਰ ਉਹ ਲਾ ਦੋ ਪਿੱਛੇ ਇੱਕ ਨਾ ਬਾਹਰ ਨਾ ਦਾਣਿਆਂ ਨੂੰ ਪਾ ਦੇ ਤੇ ਇੱਕ ਦਾਣੇ ਤੇ ਪਾਣੀ ਵਾਲਾ ਲਾ ਦੇ ਇੱਥੇ ਸਾਈਡ ਤੇ ਹਾਂ ਇਹ ਇਹ ਬਾਹਰਲੇ ਪਾਸੇ ਲਾ ਦਈਏ ਉਹ ਉੱਥੋਂ ਵੀ ਖਾ ਲੈਂਦੇ ਹੁੰਦੀਆਂ ਉੱਤੋਂ ਦੀ ਮੂੰਹ ਕਰਕੇ ਨਾ ਨਾਲੇ ਆਪਣਾ ਪਾਉਣਾ ਸੌਖਾ ਰਹੂਗਾ ਕੀ ਕਹਿੰਦੇ ਹੋ ਫਿਰ ਐਂ ਕਰਨਾ ਫਿਰ ਆਪਾਂ ਨੂੰ ਪਾਉਣਾ ਸੌਖਾ ਰਹੂ ਫਿਰ ਇੱਥੇ ਲਾ ਨਾ ਇੱਥੇ ਹਾਂ ਇੱਥੇ ਇੱਥੇ ਵੈਰੀ ਗੁੱਡ ਵੈਰੀ ਗੁੱਡ ਚੰਗਰੇ ਉਹ ਪਰੇ ਹੋ ਜਾ ਉਹ ਪਰੇ ਹੋ ਜਾ ਆ ਪਾਸੇ ਨਹੀਂ ਹੁੰਦੀ ਇਹਨੂੰ ਫੜ ਯਾਰ ਹੁਣ ਇਹ ਇੰਨੇ ਗੇਟ ਤਾਂ ਹੀ ਲਾਇਆ ਗਿਲਾ ਆ ਦੇ ਮੰਨਦਾ ਗੁੱਡ ਵੈਰੀ ਗੁੱਡ ਦੱਸ ਰਹਿ ਗੱਲ ਤਾਂ ਸਾਡੀ ਹੈ ਜਿਹਨੇ ਮਰਜੀ ਲਾ ਦੇ ਵੱਡੀ ਖੁਰਨੀ ਲਾ ਦੇ ਇੱਕ ਵੱਡੀ ਇੱਕ ਲਾ ਦੀ ਚੱਲ ਅੰਦਰ ਵੀ ਤਾਂ ਪਾਏ ਕਰਾਂ ਖੁਰਾਕ ਬਸ ਲਾ ਦੀ ਪਾਣੀ ਵਾਲਾ ਵੀ ਲਾਤਾ ਇੱਕ ਚੱਲ ਠੀਕ ਹੈ ਹੁਣ ਇਹਨਾਂ ਨੂੰ ਲਿਆ ਵੀ ਲਿਆ ਬੈਂਕ ਗੇਟ ਖੋਲਤਾ ਉਹ ਕਿੱਥੇ ਗਿਆ ਉਹ ਪਿੱਛੇ ਪੁੱਤ ਰੱਸੀ ਦੜਾ ਗਿਆ ਰੱਸੀ ਦੜਾ ਗਿਆ ਓਏ ਫੜ ਲਾ ਭਰਾਵਾ ਸਿੰਗ ਮਾਰ ਕੇ ਟਾਇਰ ਪਾੜ ਦੂਏ ਚਲੋ ਜੀ ਇਹਨੂੰ ਵੀ ਛੱਡਤਾ ਖੁੱਲੇ ਚ ਤਾਂ ਓਏ ਬਾਹਰ ਕਿੱਦਾਂ ਕੱਢਤਾ ਉਹ ਤੁਸੀਂ ਹਾਂ ਨਹੀਂ ਮੈਂ ਲੈ ਗਈ ਬਾਹਰੋਂ ਆਣਾ ਪੈਣਾ ਬਾਹਰੋਂ ਲੈ ਕੇ ਇੰਨੇ ਗੇਟ ਕਿਉਂ ਖੋਲ ਦੂੰ ਫਿਰਦਾ ਮਸ਼ੀਨਾਂ ਚੱਕ ਚੱਕ ਦੇ ਪਿੱਛੇ ਨਾ 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 ਉਹਦੇ ਲਈ ਵੀ ਦੱਸ ਦਾ ਤੈਨੂੰ ਮੈਂ ਇੱਕ ਸਕੀਮ ਸਟੇਸ਼ਨ ਬਣਾਉਣਾ ਇੱਕ ਨਾ ਜਿਵੇਂ ਹੁਣ ਆਪਾਂ ਇੰਨੇ ਕਰਤਾ ਲਏ ਆਪਾਂ ਹੋਰ ਥੋੜੀ ਜਿਹੀ ਆਪਾਂ ਛੱਡ ਕੇ ਲਿਆ ਕੇ ਸਾਰੇ ਫੇਰ ਦੱਸ ਦਾਂ ਤੈਨੂੰ ਮੈਂ ਕੀ ਕਰਨਾ ਬੱਕਰੀਆਂ ਲੈ ਜਾਈਏ ਪਰਲੇ ਪਾਸੇ ਬੱਕਰੀਆਂ ਹਾਂ ਚੱਕ ਲਓ ਉਧਰੋਂ ਬੱਕਰੀਆਂ ਨਾ ਉਧਰ ਲੈ ਜਾਂਦੇ ਆ ਬੱਕਰੀਆਂ ਦਾ ਉਧਰ ਬਣਾ ਲਈਏ ਕਿ ਬਾਅਦ ਚ ਬਣਾ ਲਾਂਗੇ ਪਹਿਲਾਂ ਬਣਾ ਲਓ ਮੈਂ ਕਹਿੰਦਾ ਫੇਰ ਛੱਡ ਦਿੰਦੇ ਉਧਰ ਜਦ ਤੱਕ ਮੈਂ ਤਾਂ ਕਹਿੰਦਾ ਵਿੱਚ ਘੁੰਮਣਾ ਤਾਂ ਵਧੀਆ ਲੱਗਦੀ ਹੈ ਚੱਲ ਫਿਰਦੀਆਂ ਰਹਿਣ ਦੇ ਕਿਹੜਾ ਹਜੇ ਇੱਥੇ ਹੀ ਰਹਿਣ ਦੇ ਇਹਨੂੰ ਕਿਹੜਾ ਫਿਰਦੀਆਂ ਰਹਿਣ ਦੇ ਅਗਲੀ ਵਾਰੀ ਦੇਖਾਂਗੇ ਕਿਉਂਕਿ ਹੁਣ ਨਾ ਥੋੜ੍ਹਾ ਜਿਹਾ ਹੋਰ ਮੇਰੇ ਦਿਮਾਗ 'ਚ ਇੱਕ ਆਇਡੀਆ ਆਇਆ ਉਹ ਗੋ ਗਾਂ ਉੱਡ ਗਈ ਓਏ ਕਿ ਬਾਈ ਤੂੰ ਨਗਰ ਵੀ ਤੂੰ ਲੈ ਕੇ ਗਿਆ ਇੱਥੋਂ ਗਾਂ ਹਾਂਜੀ ਇੱਕ ਮੈਂ ਲੈ ਕੇ ਆਇਆ ਉੱਧਰੋਂ ਇੱਕ ਪਹਿਲਾਂ ਠੱਠੇ ਤੋਂ ਬਾਅਦ ਗਾਂ ਲੈ ਵੀ ਗਏ ਤੁਸੀਂ ਮਤਲਬ ਉੱਪਰੇ ਹੋਇਆ ਠੱਠਿਆ ਆ ਗਿਆ ਮੈਂ ਤੁਹਾਡੇ ਨਾਲੇ ਲੈ ਕੇ ਆਇਆ ਮੈਂ ਓਕੇ ਤੇ ਇੱਕ ਨਾ ਆਪਣਾ ਕੀ ਹੈ ਤੇਰਾ ਨਾ ਬੱਕਰੀਆਂ ਇੱਕ ਨਾ ਛੋਟੀ ਜਿਹੀ ਬੱਕਰੀਆਂ ਦੀ ਲਾ ਦੇ ਇੱਥੇ ਯਾਰ ਅੰਦਰ ਹੀ ਲਾ ਦੇ ਭਾਵੇਂ ਉਹ ਕਿਉਂਕਿ ਪੱਟ ਲਾਂਗੇ ਫਿਰ ਬਾਅਦ 'ਚ
ਖਾ ਲੈਣੀਆਂ ਅੰਦਰਲੇ ਪਾਸੇ ਆ ਵੀ ਹੈਗੀਆਂ ਇੱਧਰ। ਹਾਂ ਫਿਰ ਇੱਧਰ ਵੀ ਤੁਰਗਾ ਫਿਰਨੀਆਂ ਨਾ, ਖਾ ਲੈਣੀਆਂ ਇੱਥੇ ਹੋਰ ਆਪੇ ਭੱਜੀਆਂ ਫਿਰਨੀਆਂ। ਆ ਲਾਈਟਾਂ ਛੱਡ ਅੰਦਰ ਗਿਆ, ਹਨੇਰਾ ਹੋਇਆ ਪਿਆ ਯਾਰ। ਲਾਈਟਾਂ ਲਾਉਣ ਵਾਲੀਆਂ ਯਾਰ ਮੈਟਲ ਅੱਜ ਨਾ, ਮੇਰੀ ਮੈਂ ਮੇਰੀ ਸਲਾਹ ਸੀਗੀ ਵੀ ਲਾਈਟ ਚਲਾ ਦੇ, ਲਾਈਟਾਂ ਹੋਰ ਲਾ ਦਈਏ, ਇੱਧਰ ਵੀ ਲਾ ਦਈਏ, ਬਾਹਰ ਵੀ ਇੱਥੇ ਇੱਕ ਦੋ ਲੈਂਪ ਲਿਆ ਕੇ, ਕੀ ਕਹਿੰਦਾ? ਮੈਂ ਲਾ ਦਿੰਦਾ ਹੁਣੀ ਖੜ ਜਾ। ਓਏ ਆ ਕਿੱਧਰ ਆ ਕੰਧ ਵੀ ਚੱਕਤੀ ਕਹਿ ਇਧਰੋਂ। ਓਏ ਆ ਤੁਰਦੀਆਂ ਨਹੀਂ ਪਈਆਂ, ਇਹਨਾਂ ਨੂੰ ਚੱਕਰ ਪੈ ਗਿਆ ਨਾ, ਤਾਂ ਕਰਕੇ ਚੱਕਤੀ। ਉਹ ਤਾਹਾਂ ਦੀ ਕਹਿੰਦਾ, ਤਾਹਾਂ ਤਾਹਾਂ ਉੱਪਰ ਉੱਪਰੋਂ ਉੱਪਰੋਂ ਕਿੱਥੋਂ ਉੱਪਰੋਂ ਤਾਂ ਨਹੀਂ ਚੱਕੀ ਬਈ, ਇਹ ਤਾਂ ਮੈਨੇਜ ਨਹੀਂ ਹੁੰਦੀ ਬਈ। ਦੇਖ ਲਓ ਜਿੱਥੋਂ ਮੈਂ ਕਹਿੰਦਾ ਉਹਦੇ ਬਾਅਦ ਲਾਈ ਜਾਣਾ। ਓਏ ਇਹ ਹਾਂ ਇਹ ਤੁਸੀਂ ਉਹਦੇ ਚੱਕੀ ਆ ਬਈ। ਹਾਂ ਹਾਂ ਇਹ ਵੀ ਲਾ, ਆ ਵਿਚਾਲੇ ਲਾਣਾ ਦੋ ਗਾ ਤਾਂ ਲਾਤੇ। ਓਏ ਪੜਦਾ 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 ਹਾਂ ਠੀਕ ਹੈ। ਹਾਂ ਤੇ ਉਹ ਕੰਧ ਲਾ ਇਧਰ ਪਹਿਲਾਂ, ਇੱਥੇ ਆ ਕੇ ਇੱਥੇ ਉੱਪਰ। ਇੱਕ ਮਿੰਟ ਇੱਕ ਮਿੰਟ। ਓਏ ਓਏ ਤੂੰ ਕੀ ਕੰਮ ਹੈ? ਹੈਲੋ ਪਿਸਤੌਲ ਬਾਈ ਤੁਹਾਡੇ ਹੱਥ 'ਚ, ਤੁਸੀਂ ਕੋਈ ਗਾ ਮਾਰਦੇ ਨਹੀਂ? ਉਹ ਮਰਦੀ ਨਹੀਂ ਪਈ ਬਾਈ। ਕਿੱਥੇ ਅੜੀ ਪਹਿਲਾਂ ਮੈਨੂੰ ਦੱਸੋ ਕਿਹੜੀ ਕੀ ਅੜੀ ਹੈ? ਆਹਾ ਅੜਿਆ ਪਿਆ ਆ ਦੇ ਇੱਥੇ ਆ ਬੱਕਰਾ ਬੱਕਰੀ ਆ ਉੱਤੇ ਐਡਾ ਆਹਾ ਮੈਨੂੰ ਨੀ ਦਿੰਦਾ। ਉਹ ਰਹਿਣ ਦੋ, ਗਲਿਚਾ ਤੁਹਾਡੇ ਕੋਲ। ਓਕੇ ਮੈਂ ਜਿਆਦਾ ਹੁਣ ਮੈਨੇ ਕਰੀ ਜਾਂਦਾ, ਮੈਂ ਕਿਹਾ ਮੈਨੇ ਮੇਰੇ ਕੋਲੇ ਵੀ ਅੜਿਆ ਪਿਆ ਬਾਈ। ਬਾਈ ਇੱਕ ਤੈਨੂੰ ਤਾਂ ਟੱਠੇ ਯਾਰ, ਆਪਣੇ ਕੋਲੇ ਦੋ ਬਾਹਰ ਫਿਰਦੇ ਨੇ, ਇੱਕ ਉਹ ਖੁੰਝੇ 'ਚ ਖੜਾ, ਇੱਕ ਆ ਸੀ। ਓ ਠੀਕ ਆ, ਅਸੀਂ ਤਾਂ ਬਹੁਤ ਚੰਗਾ ਵਿਸ਼ੇ ਤੋੜਦਾ ਉਹਦੇ ਚੱਕਰ। ਖੜ ਜਾ ਅਟੋਆ ਪੜਦੇ ਗੋ ਸਿੱਟ ਦੇ ਇਹਨਾਂ ਦੇ ਬਾਹਰ ਆਓ ਬਾਹਰ ਆਓ ਤੁਹਾਡੇ ਕਰਕੇ ਤਾਂ ਇਹਨਾਂ ਕੋਲ ਦੂਜਾ ਜੀ ਮਿਹਨਤ ਕੀਤੀ ਹੈ ਯਾਰ। ਇਹ ਟੋਆ ਇੱਥੇ ਕੀ ਮਤਲਬ ਕਰਨਾ? ਉਹ ਗੋਆ ਸਿੱਟ ਦੇ ਕਰਨਗੇ ਵਿੱਚ ਆਪੇ। ਬਾ ਠੀਕ ਸਿੱਟ ਤਾਂ ਸਿੱਟ ਮੈਂ ਕੀਤਾ ਰਿਮੂਵ। ਆਏ ਓਏ ਗਿਲਾ, ਉਹ ਧਾਰ ਤਾਂ ਚੋਈ ਨਹੀਂ ਇਹਨਾਂ ਦੀ ਭੈਣ ਨੇ, ਉਵੇਂ ਚੋਨੇ ਆ ਧਾਰ। ਮੈਂ ਤਾਂ ਦਾਦਾ ਹੁਣ ਆਪਾਂ ਧਾਰ ਵਾਲੇ ਦਾ ਸਿਸਟਮ ਹੀ ਕਰਨ ਨੂੰ ਫਿਰਦਾ ਸੀ ਮੈਂ ਇੱਕ। ਉਹ ਕਰ ਫਿਰ ਠੀਕ ਹੈ ਆ ਜਾ। ਇੱਕ ਮਿੰਟ ਰੁਕ ਪਹਿਲਾਂ ਆ ਨਗਰ ਵੀ ਆ ਜਾ, ਗੇਟ ਖੁੱਲ੍ਹ ਹੈ ਆ ਗਿਆ ਆ ਜਾ ਇੱਧਰ ਹੀ ਆ ਜਾ। ਪਰਕੂਰ ਉਹ ਪਹਿਲਾਂ ਕੱਢ ਦੋ, ਮੈਨੂੰ ਆਪਣੇ ਹੱਥ ਦੀ ਗੁੰਜਾ ਥੋੜੀ ਛੈਣੀ ਲੈਣੀ ਪੈਣੀ ਆ। ਅਲਮਾਰੀ ਲਾ ਦੇ ਯਾਰ ਇਧਰ ਪਹਿਲਾਂ, ਆ ਖਾਲੀ ਪੈਦਲ ਆ ਦੇਖੀ ਆ ਫਿਰ ਆਪੇ ਲਾ ਯਾਰ। ਦਾਦਾ ਤੈਨੂੰ ਰੌਲਾ ਪਾਈ ਜਾਂਦਾ ਮੈਂ। ਓਏ ਗਿੱਲ ਉਰੇ ਆ ਗਿੱਲ, ਹਾਂ ਬਾਈ ਇਧਰ ਆ ਮੇਰੇ ਕੋਲ ਆ ਗਿਆ ਵੀਰੇ ਆ ਗਿਆ। ਤੁਸੀਂ ਲਾਓ ਵੀ ਨਗਰੇ ਇੱਥੇ ਲਾ ਦੋ ਅਲਮਾਰੀ। ਕਿੱਥੇ ਆ ਤੂੰ? ਆ ਸੀ ਕੁੜੀ ਬਾਬਾ ਇੱਥੇ ਟੇਬਲ ਆ ਇੱਕ ਵੱਡਾ ਅੰਦਰਲੇ ਪਾਸੇ। ਅੰਦਰਲੇ ਪਾਸੇ ਨਹੀਂ ਇੱਥੇ ਬਾਹਰ ਰੁਪਏ ਲਾ ਦੇਣਾ। ਓਏ ਮਸ਼ੀਨ ਬਾਹਰ ਮੀਂਹ 'ਚ ਨਹੀਂ ਖਰਾਬ ਹੋ ਜੂ? ਓਕੇ ਓਕੇ ਵੇਟ 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 ਆਈ ਫਾਈਂਡ ਟੇਬਲ ਇੱਥੇ ਲਾ ਦੀ ਭਾਂ ਆ ਥਾਂ 'ਚ। ਮੈਟਲ ਕਿੱਥੇ ਪਿਆ ਆਪਣੇ ਕੋ? ਮੈਟਲ ਬਾਈ ਆਪਣਾ ਉਹ ਸਬਸਕ੍ਰਾਈਬਰ ਹਾਊਸ ਦੇ ਪਰਲੇ ਪਾਸੇ ਜਗ੍ਹਾ ਕੀ ਉੱਥੇ ਪਿਆ। ਓਏ ਇਹਦੇ 'ਚ ਕਿਹੜੀ ਦੂਜੀ ਗੈਸ ਪਾਈ ਹੋਈ ਹੈ ਤਾਂ ਪਾਦੀ ਹੁੜੀ ਆ ਲਾ ਇਹ ਤੇ ਇਹਦੇ ਹੁਣ ਫੱਟੀਆਂ ਲਾ ਦੇ ਮੇਰਾ ਭਰਾ ਕੇ ਚੀਤੀ ਜਿਹਦੀ ਫਿਰ ਮੈਂ ਨਾਈਟਰੋ ਪਾਈਏ ਨਾ ਵੀ ਨਾਈਟਰੋ ਪਾਈਏ ਭਾਈ ਮੈਟਲ ਹੋਰ ਲੈਣਾ ਆ ਠੱਠਾ ਆ ਠੱਠਾ ਪਾਗਲ ਅੰਦਰ ਆਈ ਗੋਹਾ ਕਰ ਗਿਆ ਭੈਣ ਦਾ ਵੀਰ ਬਾਹਰ ਕਰਿਆ ਦੱਸ ਕਿੱਥੇ ਗਿਆ ਤੇਰੇ ਨਾਲ ਦਾ ਬਾਹਰ ਸੰਗ ਲਾਈ ਦੀ ਜਿਹਨੂੰ ਗਈਆਂ ਤੋਂ ਹੈ। ਵਾਹ ਬਈ ਹੋਰ ਹੀ ਯਾਰ ਐਸੇ ਥੋੜੀ ਨਾ ਹੁੰਦਾ ਆ ਲੈ ਪੌੜੀਆਂ ਦੇ ਗੋਹਾ ਕਰਤਾ ਨੇ ਯਾਰ ਜਾਨਵਰ ਹੈ ਤੂੰ ਕੀ ਹੁਣ ਬੜੀ ਦੇਸ ਯਾਰ ਉਹ ਥੋੜੀ
ਧਿਆਨ ਨਾ ਬਾਈ, ਧਿਆਨ ਨਾ ਦੇਖੀ ਕਿਤੇ ਜਾਣਾ ਕਾਰਾਂ ਤੇ ਆਉਣਾ ਅਖਬਾਰਾਂ ਤੇ। ਲੈ ਵੀ ਆ ਦੇਖ, ਚੈੱਕ ਕਰ ਹੁਣ। ਆ ਗਈ ਜੀ, ਆ ਗਈ, ਲੱਕੜਾਂ ਰੱਖ ਦਈਏ। ਠੀਕ ਨਹੀਂ ਹੁਣ? ਓ ਵਾਓ, ਹੁਣ ਢੋਲ ਇੰਨਾ ਉੱਚਾ ਚੱਕ ਦੇ ਰੱਖਦਾ ਕਰੇਗਾ। ਆ ਲੈ ਤੇਰਾ ਭਲਾ ਜੀ, ਸਹੀ ਨਹੀਂ ਹੁਣ? ਲੈ ਚੱਕ ਲਈ ਡਰਨ, ਐ ਨਹੀਂ ਗਾ ਲਿਆ ਡਰਨ, ਚੱਕ ਲਈ ਡਰਨ। ਇੱਕ ਮਿੰਟ ਲਾ ਦੇ, ਹੁਣ ਇਹਨਾਂ ਦਾ ਨਾਮ ਵੀ ਰੱਖਣਾ ਪਊਣਾ, ਫਲਾਨੀ ਜੋੜੀ ਤੇ ਹੁੰਗੀ ਰਹੇਗੀ। ਹੋਰ ਨਹੀਂ ਰੱਖਾਂਗੇ ਨਾ, ਇਹਨਾਂ ਦਾ ਰੱਖਦੇ ਰੱਖਦੇ ਨਾ ਪੁੱਛਦੇ ਆਪਣੇ ਸਬਸਕ੍ਰਾਈਬਰਾਂ ਤੋਂ ਵੀ ਨਾਂ ਦੱਸੋ ਕੀ ਰੱਖੀਏ। ਹਾਂ ਗਾਈਆਂ ਦੇ ਨਾਮ ਰੱਖਣੇ ਪੈਣਗੇ। ਹੁਣ ਇਹ ਚੋਲੀਆਂ ਇਹਨਾਂ ਨੂੰ ਅੱਡ ਯਾਰ ਨਾ ਬਣਿਆ ਹੁੰਦਾ ਵੀ, ਚੋਲੀਆਂ ਦੇ ਇੱਧਰ ਦੀ ਬਾਹਰ ਕੱਢ ਦਿੰਦੇ ਬਾਅਦ ਚ, ਉਦੋਂ ਬਾਅਦ ਚ ਗੇਟ ਖੋਲ ਦਿਆ ਕਰਦੇ, ਐਂ ਕਰ ਲਈਏ। ਕੋਈ ਚੱਕਰ ਨਹੀਂ, ਤੂੰ ਜਾਣ ਦੇ ਕਿਰਾ। ਇਹਦੇ ਚ ਰੱਖ ਕਾਹਦੇ ਨਹੀਂ ਹੁੰਦਾ ਅਲਮਾਰੀ ਚ, ਇਹ ਮੈਂ ਕਰੇ ਦੂਜੀ ਅਲਮਾਰੀ ਤੇ ਨਹੀਂ ਬਣਾਤੀ ਨਾਰਮਲ। ਚੱਠਾ ਤਾਂ ਨਹੀਂ ਫੜ ਲਿਆ ਕਿਤੇ, ਹੈਗਾ ਹੀ ਹੈ, ਬਣਾਈ ਤਾਂ ਦੂਜੀ ਜਿਹੜੀ ਹੈ ਆਪਣੀ ਤਲੀ ਵਾਲਾ। ਇਹ ਗਾਈਆਂ ਗਾਈਆਂ ਟੱਠੇ ਦੇ ਸਿੰਘ ਹੁੰਦੇ ਨੇ, ਗਾਈਆਂ ਦੇ ਸਿੰਘ ਵੀ ਹੈਗੇ ਬਈ। ਉਹ ਨਹੀਂ ਟੱਠੇ ਦੇ ਵੱਡੇ ਸਿੰਘ ਹੈ। ਅੱਛਾ ਵੇ, ਠੀਕ ਹੈ, ਹੁਣ ਵਿਚਾਲੇ ਠੱਲ ਲਿਆ ਨੂੰ। ਚਲੋ ਜੀ ਜਾਓ, ਚਲੋ ਜੀ ਜਾਓ, ਨਾ ਪਰਚੀ ਕੱਟਣ ਦੇ ਖੜਾ ਇੱਥੇ। ਓਏ ਅੰਦਰ ਇਹਦੇ ਤੇ ਇੱਥੇ ਕਰ ਲਈ, ਇਹ ਤਾਂ ਹੈਗੀ ਹੈਗੀ, ਇਹ ਤਾਂ ਚੋਲੀ ਇੱਕੋ ਜਿਹੀ ਗਈ ਹੈ, ਇਹ ਤਾਂ ਪਤਾ ਕਿਵੇਂ ਲੱਗਦਾ ਵੀ ਇਹ ਚੋਲੀ ਕੇ ਰਹਿੰਦੀ ਹੈ। ਹਾਏ ਰੱਬਾ। ਓ ਬਾਈ ਮੈਂ ਤੈਨੂੰ ਇੱਕ ਹੋਰ ਗੱਲ ਦੱਸਾਂ ਫਿਰ। ਹਾਂ ਹਾਂ, ਪਰ ਇਹ ਤਾਂ ਹੁਣੀ ਤਾਂ ਲੈ ਕੇ ਆਏ ਯਾਰ, ਲਾ ਕੇ ਦੇਖ ਲੱਗਦਾ ਕਿ ਨਹੀਂ। ਉਹ ਲੱਗ ਤਾਂ ਗਏ, ਹੁਣ ਉਹ ਅਗਲੇ ਕਹਿੰਦੇ ਵੀ ਕੀ ਕੱਢਣਾ ਹੁਣ ਖੂਨ। ਓ ਬਈ ਆ ਮੈਂਸ ਵਾਲਾ ਤਾਂ ਕੰਮ ਲਿਆਂਦਾ ਆ ਤੁਸੀਂ, ਇਹਨੂੰ ਪਾਉਣਾ ਕਿਹੜੇ ਡੱਬਿਆਂ 'ਚ ਆ, ਉਹ ਕਿੱਥੇ ਆ ਪਤਾ ਨਹੀਂ ਭਰਾਵਾ। ਉਹ ਤਾਂ ਇਹਦਾ ਐਂ ਦੱਸ ਕਿਵੇਂ ਪਤਾ ਲੱਗਦਾ ਵੀ ਬਈ ਹੁਣ ਇਹ ਸੌਂ ਜਾਣਗੀਆਂ। ਲੈ ਫੜ ਲਓ, ਉਹ ਟੱਠੇ ਫੜ ਲਿਆ ਓਏ। ਆ ਗਿਆ ਆ ਗਿਆ। ਇੱਕ ਨਾ ਬੱਕਰੀਆਂ ਖਾਤਰ ਨਾ ਅਲੱਗ ਤੋਂ ਮਸ਼ੀਨ ਲਾਈਏ ਨਾਲੇ ਲਿਆ ਕੇ। ਇਹ ਤਾਂ ਲਾ ਦੇ, ਪਰੇ ਪਰੇ ਆਪਣੇ ਇੱਥੇ ਚੋਰ ਦੇਖਣ ਦਾ ਸ਼ਾਰਟਕਟ ਹੈਗਾ। ਲਓ ਤਾਲੇ ਲਾ, ਪਰ ਪਿੱਛੇ ਹੋ ਜਾ, ਹੋਰ ਗਾਂ ਫੜ ਲਿਆ ਵਾਂ ਮੈਂ ਹੁਣ ਆ ਖੜ ਗਈ ਆ ਕੇ ਤੇ। ਬਾਈ ਗਾਈਆਂ ਦੇ ਨਾਂ ਰੱਖ ਲਓ ਯਾਰ। ਨਾਂ ਰੱਖਾਂਗੇ ਕਿੱਦਾਂ? ਉਹ ਬਈ ਚੱਕ ਜਗ੍ਹਾ ਬਣਾ ਕੇ ਲਾ ਵੀ ਜਿਹੜੀਆਂ ਜਦੋਂ ਉੱਤੋਂ ਦੋ ਜਣੇ ਰੱਸਾ ਪਾਈ ਆਉਂਦੇ, ਹਾਏ ਉਹ ਤੁਹਾਡਾ ਵੱਡੀ ਵਾਲੀ ਹੈ। ਨਹੀਂ ਮੈਂ ਐਂ ਕਹਿੰਦਾ ਸੀਗਾ ਇਹਨੂੰ ਨਾ, ਜਿਵੇਂ ਹੁਣ ਆਹ ਖਾਨਾ ਹੈ ਇਹਦੇ ਚ ਇੱਕ ਗੇਟ ਭਰਾਵਾ, ਖਾਨਾ ਜਾ ਕੇ ਨਾ ਉਹ ਦੂਜਾ ਲੈ ਕੇ ਆ ਢੋਲ ਆ ਭਰ ਗਿਆ। ਅੱਛਾ ਭਰ ਗਿਆ ਕਿ? ਅੱਛਾ ਠੀਕ ਹੈ, ਇੱਕ ਮਿੰਟ। ਉਹ ਨਾਲੇ ਨਾ ਥੌੜੀ ਜਿਹੀ ਛੱਡ ਦਿਆ ਕਰ ਹੱਥ ਚੋਂ। ਉਹ ਮੈਂ ਕਹਿ ਲੱਗਿਆ, ਮੈਂ ਕਹਿੰਦਾ ਤੂੰ ਸਾਰੀਆਂ ਸੌਈ ਗੰਗੇ ਲੋੜ ਕੀ ਹੈ ਬਈ, 14 ਲੀਟਰ ਦਿੰਦੀ ਹੈ ਡੰਗ ਦਾ ਦੁੱਧ ਬੱਲੇ। ਨਗਰੇ ਆ ਗਈਆਂ ਰੱਖੋ ਤੁਸੀਂ ਬਈ ਬਈ ਹੁਣ ਨਾ ਓਏ ਓਏ ਗੇਟ ਬੰਦ ਕਰ ਦੇ ਬਈ। ਇੱਕ ਗੱਲ ਹੋਰ ਕਰੀਏ ਹੁਣ ਨਗਰੇ ਵੀਰੇ, ਜਦੋਂ ਇੰਨਾ ਤਾਂ ਆਪਾਂ ਤਾਮ ਜਾਮ ਕਰ ਲਿਆ, ਹੁਣ ਨਾ ਇੱਕ ਜਿਵੇਂ ਹੁਣ ਰੌਲਾ ਪੈ ਰਿਹਾ, ਜਿਵੇਂ ਆਪਣਾ ਗਿੱਲ ਬਾਈ ਕਹਿ ਰਿਹਾ ਵੀ ਪਤਾ ਨਹੀਂ ਲੱਗ ਰਿਹਾ ਵੀ ਕਿਹੜੀ ਦਾ ਧਾਰ ਕੱਢ ਲਈ ਤੇ ਕਿਹਦੀ ਕੀ ਕਰਤਾ ਹਨਾ। ਠੀਕ ਹੈ ਗਿੱਲ, ਇੱਦਾਂ ਕਰ ਬਈ ਇੱਥੇ ਗੇਟ ਲਾ ਫਿਰ ਇੱਕ। ਮੈਂ ਉਹੀ ਕਹਿੰਦਾ ਸੀ, ਮੈਂ ਕਿਹਾ ਹੁਣ ਜਿਵੇਂ ਆਹ ਦੋ ਰੱਖਣੇ ਇਕੱਠੇ ਕਰ ਲਏ, ਆਹ ਦੋ ਰੱਖਣੇ। ਹਾਂ
ਠੀਕ ਹੈ ਇੱਥੇ ਗੇਟ ਲਾ ਦਿੰਦੇ ਆ ਇੱਕ ਮਿੰਟ ਖੜ ਜਾ ਚੱਕ ਤੋੜੋ ਨੂੰ ਪਹਿਲਾਂ ਰਹਿੰਦੇ ਆ ਚੱਕ ਦੋ ਗੇਟ ਲਾ ਦੇ ਨਗਰੇ ਬਈ ਆਪਾਂ ਬੜਾ ਲਾਈਟਾਂ ਲਾ ਦਈਏ ਹਨਾ ਬਾਈ ਤੂੰ ਮੈਟਲ ਚੱਕੀ ਉਹਨਾਂ ਨਗਰੇ ਬਈ ਲਾਈਟਾਂ ਲਾਈ ਆ ਨਾ ਕਨੈਕਸ਼ਨ ਵੀ ਲਾਉਣੇ ਆ ਹਜੇ ਇਲੈਕਟ੍ਰੀਸ਼ਨ ਸਾਹਿਬ ਆਪ ਹੋਣਗੇ ਮੂਹਰੇ ਆ ਹੁੰਦਾ ਕਹਿੰਦੇ ਨੀ ਪੈਗਾ ਗਿੱਲ ਇੱਕ ਆ ਇੱਥੇ ਲੱਕੜ ਰੱਖੀ ਪਈ ਹੈ ਤੇ ਇਹ ਵੀ ਨਹੀਂ ਚੱਕੀ ਤੂੰ ਹੈ ਕਿਹੜੇ ਕਨੈਕਸ਼ਨ ਇਹ ਤਾਂ ਆਨ ਹੋਈ ਨਹੀਂ ਇਹਦੀ ਨਹੀਂ ਬਾਈ ਉਹ ਆਪਾਂ ਸੁੱਚ ਤੋਂ ਕਨੈਕਸ਼ਨ ਕਰਾਂਗੇ ਨਾ ਚਲ ਕਰਦੇ ਆਉਣ ਜੇ ਕਰਨੀਆਂ ਤਾਂ ਫਿਰ ਇੱਕ ਸੁੱਚ ਤੋਂ ਸਾਰੀਆਂ ਚੱਲ ਪਿਆ ਕਰਨੀਆਂ ਓਕੇ ਕਨੈਕਸ਼ਨ ਕਰਦਾ ਬਾਈ ਕਨੈਕਸ਼ਨ ਮੈਂ ਇੱਕ ਮਿੰਟ ਇਹਦਾ ਅੱਧਾ ਪਾਸੇ ਉੱਪਰੋਂ ਲੈ ਗਿਆ ਕੋਈ ਇਹ ਕੋਈ ਕੌਣ ਆ ਮੈਨੂੰ ਪਤਾ ਚੰਗੀ ਤਰ੍ਹਾਂ ਬਾਈ ਮੈਨੂੰ ਤਾਂ ਨਹੀਂ ਪਤਾ ਲੱਗਿਆ ਜਦੋਂ ਮੈਂ ਮਾਰਿਆ ਹੋ ਚਲੋ ਹੋ ਸਕਦਾ ਬਟ ਮੈਂ ਸ਼ੋਰ ਨਹੀਂ ਆ ਬਸ ਠੀਕ ਆ ਵੀ ਇਧਰੋਂ ਗਈਆਂ ਉਧਰੋਂ ਛੱਡਤੀਆਂ ਠੀਕ ਹੈ ਹਾਂ ਇੱਥੇ ਉਹਨਾਂ ਜਿਹੜੇ ਇੱਥੇ ਜਮਾ ਕਰੀ ਤੇ ਬਟ ਇਹ ਬਾਲਾ ਵੱਡਾ ਤਾਂ ਨਹੀਂ ਕੋਈ ਚੱਕਰ ਨਹੀਂ ਵੀਰੇ ਹੈ ਕਿੰਨੀਆਂ ਗਈਆਂ ਵੀ ਕਿੰਨੀਆਂ ਫਿਰ ਮੈਂ ਤੈਨੂੰ ਇੱਕ ਹੋਰ ਦੱਸਾਂ ਵੀਰੇ ਹਾਂ ਇੱਕ ਨਾ ਆਰ ਜੀ ਇੱਥੇ ਨਾ ਹੁਲਾ ਪਾਣੀ ਵਾਲੀ ਪਤਾ ਕਿਉਂ ਫਿਰ ਐਂ ਟੱਪ ਕੇ ਨਿਕਲ ਜਾ ਕਰੇਗਾ ਤੂੰ ਓਕੇ ਇੱਕ ਹੁਣ ਮਿਲਕਿੰਗ ਸਟੇਸ਼ਨ ਕਿੱਥੇ ਬਣਾਇਆ ਆ ਸੀ ਬਾਈ ਇੱਧਰ ਆ ਸੀ ਆ ਦੇਖੋ ਇੱਥੇ ਇੱਕ ਆ ਸੀਗਾ ਹੁਣ ਬੱਕਰੀਆਂ ਦਾ ਪੌਦਰ ਲਾ ਦੇਵਾਂਗੇ ਬਸ ਇੱਥੋਂ ਤਾਰ ਕੱਢ ਕੇ ਨਾਲ ਦੇ ਉਧਰ ਤੋਰਤੀਆਂ ਬਸ ਮੈਂ ਅਲਮਾਰੀ ਲਾਈ ਜਾਂਦਾ ਸੀ ਨੱਪਦੀ ਪਈ ਨਗਰੇ ਕੀ ਨਹੀਂ ਨਹੀਂ ਮੈਂ ਨੱਪੀ ਓ ਇੱਥੇ ਪਰ ਓਕੇ ਹੋ ਗਏ ਸਾਰੇ ਬੰਦ ਬਈ ਦੁਬਾਰੇ ਲੈ ਚਲਾਇਓ ਚੱਲ ਪਏ ਠੀਕ ਹੈ ਆਹ ਕੰਮ ਹੋ ਗਿਆ ਲੋਟ ਅੱਜ ਮੈਂ ਕਿਹਾ ਸਮਾਨ ਸਮੂਨ ਰੱਖ ਲਈਏ ਤੜਕੇ ਸਾਜਰੇ ਨਿਕਲ ਜਾਵਾਂਗੇ ਇਹ ਕਹਿੰਦਾ ਸੀ ਮੈਂ ਤਾਂ ਅੱਛਾ ਅੱਛਾ ਕਿਹੜਾ ਸਮਾਨ ਰੱਖਣਾ ਦੁੱਧ ਨਹੀਂ ਬਣਾਇਆ ਦੁੱਧ ਉਹ ਬਣਾਈ ਬੈਠਾ ਓ ਯਾ 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 ਆ ਰੰਗ ਲਾਓ ਨਾ ਫਿਰ ਪਿੱਛੇ ਦਹੀਂ ਬਣਾਇਆ ਕੀ ਕੀਤਾ ਪਨੀਰ ਬਣਾਇਆ ਖੜ ਜਾ ਇੱਕ ਮਿੰਟ ਓ ਰੋਕ ਲੈ ਰੋਕ 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 ਆ ਤਾਂ ਬੈੱਡ ਹੈ ਦਾ ਯਾਰ ਇਹਦਾ ਗੱਦਾ ਇੱਥੇ ਕਦੋਂ ਰੱਖਤਾ ਚਲ ਇੱਥੇ ਛੱਡ ਦੇ ਬਰੇ ਆ ਰੰਗ ਬਾਹਰ ਰੱਖ ਦੇ ਧੜੀ ਜਿਹੜਾ ਉਹ ਨਹੀਂ ਅੰਦਰ ਹੀ ਰੱਖ ਦੇ ਨੇ ਬਾਹਰ ਉੱਤੇ ਕੋਈ ਛੇੜਖਾਨੀ ਕਰਕੇ ਤੇਰੇ ਵਰਗਾ ਮੈਂ ਹਿੰਦੀ ਹਿੰਦੀ ਬੋਲ ਕੇ ਦੇ ਦਾਂ ਥੋੜੀ ਓਕੇ ਚਲੋ ਬੋਲੋ ਬੋਲੋ ਹਮ ਵੀ ਬੋਲੇਂਗੇ ਆਪਕੇ ਸਾਥ ਚਲ ਠੀਕ ਹੈ ਜੀ ਠੀਕ ਹੈ ਜੀ ਇਹ ਕਿਹੜੀ ਹਿੰਦੀ ਹੈ ਓਏ ਹੋਰ ਬਸ ਖਤਮ ਹੋ ਗਈ ਇਹ ਚੀਜ਼ ਮੈਂ ਕੀ ਕਹੂੰ ਇਹ ਤਾਂ ਖਤਮ ਹੋ ਗਈ ਔਰ ਮੈਂ ਕੀ ਕਹੂੰ ਕਹਿੰਦਾ ਕੰਮ ਖਤਮ ਕਰ ਦੋ ਹਮ ਸੋਤੇ ਹੈ ਸੋਤੇ ਨਹੀਂ ਜਾਣਾ ਵੀ ਹੈ ਤੋ ਪਹਿਲੇ ਇਹ ਡੋਂਗੇ ਰੱਖੇ ਪਹਿਲੇ ਗੱਡੀ ਚਲੀਏ ਪਹਿਲੇ ਡੋਂਗੇ ਰੱਖਦੇ ਹੈ ਵਿੱਚੇ ਦੂਜਾ ਆ ਗਿਆ ਸੀ ਉਹ ਕਿ ਟੈਕਨੀਕਲ ਗੁਰੂ ਜੀ ਚਲੀਏ ਸ਼ੁਰੂ ਕਰਦੇ ਹਾਂ ਪਾਸੇ ਹੋ ਜਾ ਟੈਕਨੀਕਲ ਗੁਰੂ ਜੀ ਚਲੀਏ ਸ਼ੁਰੂ ਕਰਦੇ ਹਾਂ ਹਮ ਗੱਡੀ ਕੇ ਬੀਚ ਪੜ ਗਿਆ ਇੱਕ ਮਿੰਟ ਗੱਡੀ ਕੇ ਬੀਚ ਕਿਆ ਲੈਣੇ ਗਿਆ ਤੂੰ ਭਾਈ ਆ ਤੂੰ ਪਿਛਲੀ ਸੀਟ ਤੇ ਤੈਨੂੰ ਕੋ ਵੀ ਦੱਸਦਾ ਹੂੰ ਮੈਂ ਮੇਰੇ ਕੋ ਨਹੀਂ ਬਤਾਣਾ ਮੇਰੇ ਕੋ ਨਹੀਂ ਪੁੱਛਣਾ ਸੱਚ ਉਹ ਮੇਰੇ ਦਹੀਂ ਦੇ ਉੱਤੇ ਖੜਾ ਹੋ ਗਿਆ ਉਹ ਯਾਰ ਥੱਲੇ ਹੋ ਨਾ ਰੱਖੇ ਨਹੀਂ ਜਾਂਦੇ ਵੀ ਡੋਂਗੇ ਤੁਸੀਂ ਦੋਵੇਂ ਉੱਤੇ ਚੜ ਗਏ ਡੋਂਗੇ ਤੇ ਡੋਂਗਾ ਰੱਖ ਦੇ ਨਾ ਓਏ ਉਹੀ ਕਰਦਾ ਸੀ ਤੂੰ ਮੇਰੇ ਸਿਰ ਤੇ ਨਾ ਰੱਖ ਦੇ ਤੇਰੇ ਤੇ ਟਿਕਣਾ ਨਹੀਂ ਬਾਈ ਹਾਏ ਓਏ ਇਮੋਸ਼ਨਲ ਅਤਿਆਚਾਰ ਹੋ ਗਿਆ ਤਾਂ ਬਾਈ ਪਿਆ ਡੋਂਗਾ ਕਰ ਗਿਆ ਇਹ ਡੋਂਗਾ ਰਹਿ ਗਿਆ ਇੱਕ ਅਰੇ ਪਾਸੇ ਹੋ ਜਾਏ ਅਰੇ ਪਾਸੇ ਹੋ ਜਾਏ ਮੈਨੂੰ ਸੇ ਛਲਾਂਗ ਨਹੀਂ ਲੱਗ ਰਹੀ ਜੇ ਜੇ ਤਰ ਦਿਆ ਹੈ ਡੋਂਗਾ ਨਹੀਂ ਜੇ ਢੋਲ ਭਰਾ ਹੈ ਪਾਸੇ ਹੋ ਜਾਓ ਮੈਂ ਆਪਕੇ ਸਿਰ ਮੇਂ ਓਏ ਜੇ ਵਿੱਚ ਮੇਂ ਜੇ ਢੋਲ ਲਗਾ ਹੈ ਇਸਕੋ ਵੀ ਲੈ ਕੇ ਆਣਾ ਹੈ
ਜਾ ਜਾ ਉਸਕੋ ਵੀ ਲੈ ਓਏ ਲੋੜ ਹੀ ਨਹੀਂ ਸੌਣ ਦੀ ਤੜਕੇ ਤੇ 6 ਤਾਂ ਵੱਜ ਗਏ ਸੌਣ ਲਿਆ ਆਪਾਂ ਤਾਂ 6 ਤੋਂ ਵੱਜ ਗਏ ਲੇਕਿਨ ਇਹ ਢੋਲ ਕੋ ਰੱਖੇ ਕਹਾਂ ਵਾਂ ਪੇ ਤੇ ਡੋਂਗੇ ਰੱਖ ਦਈਏ ਡੋਂਗੋ ਕੇ ਉੱਪਰ ਰੱਖ ਦੋ ਡੋਂਗੋ ਕੇ ਉੱਪਰ ਢੋਲ ਨਹੀਂ ਟਿਕੇਗਾ ਭਾਈ ਸਾਹਿਬ ਉੱਪਰ ਰੱਖ ਦੇ ਢੋਲ ਤੇ ਬਤਾ ਹਾਂ ਅਰੇ ਨਹੀਂ ਟਕਾ ਨਹੀਂ ਟਕਰ ਹਾ ਹਾ ਅਰੇ ਨਹੀਂ ਟਕਰ ਹਾ ਇਹ ਭੋਜਪੁਰੀ ਕਿੱਥੋਂ ਆ ਗਈ ਆਪਾਂ ਹਿੰਦੀ ਦੀ ਗੱਲ ਕੀਤੀ ਸੀ ਖੜ ਜਾ ਫਿਰ 1 ਮਿੰਟ ਚਲੋ ਪੜ ਕੇ ਓਕੇ ਯਾਰ ਹਿੰਦੀ ਚ ਬੋਲਣਾ ਉਹ ਮੱਖਾ ਗੱਲ ਢੋਲ ਵੇਚ ਕੇ ਆਤੇ ਆ ਉਹਨਾਂ ਦੁੱਧ ਵੇਚ ਕੇ ਆਤੇ ਆ ਢੋਲ ਨਹੀਂ ਵੇਚਣਾ ਮੇਰੇ ਦੁੱਧ ਵੇਚ ਕੇ ਆ ਦੁੱਧ ਵੇਚ ਕੇ ਆਤੇ ਆ ਚਲੋ ਚਲੋ ਗੱਡੀ ਤਾਲੀ ਵਾਲ ਜੀ 1 ਮਿੰਟ ਮੇਰੇ ਤਾਲੀ ਵਾਲ ਜੀ ਤੇ ਵੀਰੋ ਇੱਕ ਆ ਜਾਓ ਪਹਿਲਾਂ ਤਾਂ ਆ ਵੀ ਰੱਖੀਏ ਨਾ ਬੱਕਰੀਆਂ ਖਾਤਰ ਵੀ ਅਰੇ ਬੱਕਰੀਆਂ ਖਾਤਰ ਮਸ਼ੀਨ ਲਗਾ ਦੋ ਢੋਲ ਤੋਂ ਹੈ ਬੱਕਰੀ ਦਾ ਇੱਕ ਬੱਕਰੀ ਬਹੁਤ ਹੈ ਉਹ ਮਸ਼ੀਨ ਹੀ ਲਾਉਣ ਲੱਗਿਆ ਗੁਰੂ ਅਰੇ ਜੇ ਬੱਚਾ ਬਛੜੀ ਕਿਆ ਯਾਰ ਹੋ ਗਿਆ ਗਲਿਚ ਹੋ ਗਿਆ ਅਰੇ ਲੈਗ ਹੋ ਗਿਆ ਲੈਗ ਹੋ ਗਿਆ ਲੈਗ ਹੋ ਗਿਆ ਅਰੇ ਮੇਰੇ ਕੋ ਗੇਟ ਘਸੀੜ ਕੇ ਲੈ ਗਿਆ ਯਾਰ ਔਖਾ ਹੈ ਓਏ ਓਏ ਇਹ ਗਾਂ ਭਾਜ ਰਹੀ ਹੈ ਕਿੱਥੇ ਕੋ ਅਰੇ ਗੇਟ ਕੋ ਭਾਜ ਰਹੀ ਸੀ ਚਲੋ ਉਹ ਖਾਣਾ ਖਾਣਾ ਖੁਣਾ ਪਾ ਦੇ ਫਿਰ ਆਜੋ ਹੋਰ ਕੀ ਹੁਣ ਅਰੇ ਖਾਣਾ ਨਹੀਂ ਦੁੱਧ ਵੇਚ ਕੇ ਆਤੇ ਆ ਫਿਰ ਦੁੱਧ ਚੋਣਾ ਵੀ ਹੈ ਬਾਈ ਦੂਸਰੇ ਓਏ ਚੋਣਾ ਤਾਂ ਹੈ ਅੱਛਾ ਖਾਣਾ ਡਾਲ ਦਿੱਤੇ ਆ ਚਲੋ 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 ਇਹ ਵਿੱਚੇ ਪੌੜੀ ਵਿੱਚੇ ਹਿੰਦੀ ਪਤਾ ਨਹੀਂ ਕਿਹੜੀਆਂ ਕਿਹੜੀਆਂ ਭਾਸ਼ਾਵਾਂ ਮਿਕਸ ਕਰੀ ਫਿਰਦਾ ਮੇਰੀ ਤਾਂ ਬਾਤ ਆਵੇ ਹਿੰਦੀ ਬੋਲ ਕੇ ਮੇਰੇ ਤੋਂ ਨਹੀਂ ਹੋਰ ਹੁੰਦਾ ਬਾਈ ਮੈਨੂੰ ਇੱਕ ਚੀਜ਼ ਹੋਰ ਦੱਸ ਨਾਗਰੇ ਵੀਰੇ ਵੀ ਜਿਹੜਾ ਆਹ ਕਹਿੰਦੇ ਆ ਵੀ ਆਪਣੀਆਂ ਇਹਦੇ ਵਾਲਾ ਕੁਕੜੀਆਂ ਤੋਂ ਮਤਲਬ ਅੰਡਾ ਹੋ ਕਰਕੇ ਕਿਵੇਂ ਰੱਖੀਏ ਸੇਵਾ ਤੇ ਕਿੱਦਾਂ ਬਿਠਾਈ ਕੁਕੜੀਆਂ ਆਓ ਉਹ ਤਾਂ ਆਪੇ ਵੇਚਣੀ ਹੋਣੀ ਆ ਬਾਈ ਗਿਲਾ ਦੇਖੋ ਫਿਰ ਮਾੜਾ ਜਿਹਾ ਯਾਰ ਆਪਾਂ ਅੰਡੇ ਹੀ ਵੇਚਣਾ ਭਰਿਆ ਹੋਇਆ ਪਿਆ ਚੋ ਡੋਂਗਾ ਉਹ ਵੀ ਚੱਕਣਾ ਉਹ ਤਾਂ ਆਪੇ ਕਰਦੀਆਂ ਹੁੰਦੀਆਂ ਜਾਂ ਜੇ ਮਤਲਬ ਕੁੜਕੀ ਹੁੰਦੀ ਹੈ ਜਿਹੜੀ ਆਪੇ ਕੁੜਕਦੀ ਹੈ ਆਪੇ ਬਹਿ ਜਾਂਦੀ ਹੈ ਅੰਡੇ 'ਤੇ ਆਜੋ ਦੇਖੀਏ ਫਿਰ ਇੱਕ ਜਾਂ ਮੁਰਗੀ ਛੱਡ ਕੇ ਮਤਲਬ ਦੋ ਅੰਡੇ ਰੱਖ ਕੇ ਇੱਕ ਖਾਨਾ ਜਿਹਾ ਬਣਾ ਕੇ ਉਹਦੇ 'ਚ ਇੱਕ ਮੁਰਗੀ ਛੱਡ ਕੇ ਦੇਖ ਲਓ ਉਹਦੇ ਜਿਵੇਂ ਉਹ ਅੰਡੇ 'ਤੇ ਬੈਠੀ ਹੈ ਨਹੀਂ ਸੁੱਤੀ ਪਈ ਹੈ ਤਾਂ ਓਏ ਅੰਡੇ ਵਾਲਾ ਵੀ ਚੱਕ ਲਓ ਇਹ ਭਰਿਆ ਪਿਆ ਅੱਜ ਇਹ ਵੀ ਰੱਖੋ ਗੱਡੀ 'ਚ ਉਹੀ ਮੈਂ ਕਹਿ ਰਿਹਾ ਤਾ ਆਪਕੋ ਚਲੋ ਪਹਿਲਾਂ ਯਾਰ ਦੂਜਾ ਰਿਹਾ ਹੀ ਹੈ ਸਮਾਨ ਉਹ ਮਲਚਰ ਵਾਲਾ ਆਈ ਮੀਨ ਮੀਟ ਵਾਲਾ 9 ਵਜੇ ਖੁੱਲੂ ਵੀਰੇ ਦੁਕਾਨ ਬਾਈ ਉਹ ਸਾਰੀਆਂ ਲਾਈਏ ਨਾ ਕਾਟਾ ਖੁਰਨੀਆਂ ਓਏ ਜਨਤਾ ਦੇ ਦੇਖ ਰਹੀ ਹੈ ਬੱਚ ਰਹੀ ਹੈ ਬੱਕੀ ਉਹ ਬੱਕਰੀ ਵਾਲੇ ਬਾਈ ਤੈਨੂੰ ਮੈਂ ਆਖਿਆ ਸੀ ਬਾਰ ਬੰਦ ਕਰ ਖੁੱਲਾ ਛੱਡੇ ਤੂੰ ਹਾ 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 ਚੱਲ ਨਾਗਰੇ ਬਹੁਤ ਨਾਗਰੇ ਤੇਰਾ ਲੈ ਬਈ ਹੁਣ ਆ ਜਾਓ ਕਰਾਂ ਧਾਰਾਂ ਵਾਸਤੇ ਕੰਮ ਹੋ ਗਿਆ ਆਉਣਾ ਖੜ ਜਾ ਕਿ ਨਹੀਂ ਆਇਆ ਆਪਾਂ ਓਏ ਯਾਰ ਵੇਚ ਕੇ ਨਹੀਂ ਆਇਆ ਜੀ ਆਪਾਂ ਯਾਰ ਚੱਲਦੇ ਆ ਕੋਈ ਨਾ ਫਿਰ ਚੱਲਦੇ ਆ ਢੋਲ ਹੀ ਨਹੀਂ ਖਾਲੀ ਹੈਗੇ ਆ ਜਾਓ ਬਹਿ ਜਾਓ ਕਰਾਂ ਓਏ ਮੈਂ ਤੁਸੀਂ ਐ ਚਲੋ ਤੁਸੀਂ ਉੱਥੇ ਵੇਚ ਕੇ ਆਓ ਤੇ ਮੈਂ ਇਹਨਾਂ 'ਚ ਲੱਕੜਾ ਲੁਕੜਾ ਪਾਉਣਾ ਨਾ ਟਾਈਮ ਖੁਰਨੀਆਂ ਤੇ ਆ ਜਾ ਬਈ ਨਗਰੇ ਚੱਲ ਗਏ ਆਪਾਂ ਆ ਗਏ ਬਸ ਸਮਾਨ ਚੱਲ ਗਿਆ ਯਾਰ ਮੇਰਾ ਵੀ ਜੀ ਕਰਦਾ ਜਾਣ ਨੂੰ ਤੇ ਆ ਜਾ ਭਰਾ ਛੇਤੀ ਕਰ ਮੈਂ ਕੁੱਤਾ ਲੈ ਜਾਣਾ ਨਾਲ ਫਿਰ ਨਹੀਂ ਉਹ ਉਹ ਨਾਲ ਆਈ ਉਹ ਬਹਿ ਸਕਦੇ ਆਪਾਂ ਇੰਨੇ ਜਣੇ ਹਾਂ ਵੱਡੀ ਗੱਡੀ ਐ ਬਹਿ ਜਾ ਕੁੱਤਾ ਵੀ ਨਾਲ ਜਾ ਸਕਦਾ ਆਪਣੇ ਉਹ ਨਹੀਂ ਵੀਰੇ ਮੈਂ ਨਹੀਂ ਮੈਂ ਪਿੱਛੇ ਬੈਠਾ ਮੈਂ ਕੁੱਤੇ ਨੂੰ ਅਲਰਜੀ ਕਹਿੰਦੇ ਨੇ ਬੜਾ ਦੇਖੀ ਕੀ ਕੀਤਾ ਪਿਆ 1 ਮਿੰਟ ਠੀਕ ਹੈਗਾ ਸਮਾਨ ਸਮੂਨ ਦੇ ਕੋਲ ਇਹਦੀ ਬੜੀ ਫਿਕਰ ਹੈ ਤੈਨੂੰ ਹੈ ਗਾਹੀਆਂ ਦੀ ਹੈ ਨਹੀਂ ਓਏ ਫੇਰ ਵੀ ਘਰ ਦਾ ਜੀ ਐ ਘਰ ਦਾ ਜੀ ਐ ਢੋਲ ਉੱਤੇ ਪਏ ਨਹੀਂ ਉਹ ਮਲ ਕਰਾਇਆ ਦੇ ਲੈਣੀ ਐ ਹਾਏ ਹੋ ਰੱਬਾ ਮੈਂ ਤਾਂ ਗੱਡੀ ਕਰਾਇਆ ਦੇ ਲੈਂਦੀ ਲੱਗਦੀ ਐ ਨਹੀਂ ਗੱਡੀ ਤਾਂ ਦੁੱਧੀਆਂ ਦੀ ਆਉਦੀ ਐ ਇਹ ਉਹ ਆਇਆ ਸੀ ਜਿਹੜਾ ਛੱਡਣ ਆਪਾਂ ਬਣਾਉਣ ਆਇਆ ਸੀ ਪਹਿਲੇ ਦਿਨ ਘਰ ਜਾ ਭੁੱਲ ਗਏ ਸੀ ਅਸੀਂ ਦੱਬ ਲਈ ਅਸੀਂ ਦੱਸੇ ਨਹੀਂ ਮੁੜ ਕੇ ਨੂੰ
ਬਾਈ ਜੀ ਦੀ ਡਰਾਈਵਰੀ ਤੋਂ ਮੈਂ ਨਾ ਮਤਲਬ ਇਨਸਪਾਇਰ ਆਏ ਓਏ ਨਹੀਂ ਗਏ ਬਸ ਬਾਈ ਜੀ ਬਾਈ ਦੀ ਡਰਾਈਵਰੀ ਤੋਂ ਮੈਂ ਐਕਸਪਾਇਰ ਹੈਗਾ ਐਕਸਪਾਇਰ ਨਹੀਂ ਇਨਸਪਾਇਰ ਲਾਦਾ ਇਹ ਵੀ ਬੋਲਣੀ ਛੱਡਣੀ ਪੈਣੀ ਭਾਸ਼ਾ ਆਪਾਂ ਨੂੰ ਅੰਗਰੇਜ਼ੀ ਭੁੱਲੋ ਵੇ ਹਿੰਦੀ ਵਾਲੇ ਤਾਂ ਆਪਾਂ ਚੰਦ ਚੜ ਕੇ ਦੇਖ ਲੈ ਹਿੰਦੀ ਵਾਲੀ ਤਾਂ ਆਪਣੇ ਚਿਪ ਕਾੜ ਦਈਏ ਜਿਹੜੇ ਪੂਰੇ ਅਰੇ ਉਹਦੇ ਪੂਰਾ ਫੁੱਲੀ ਸ਼ਿਕਲ ਵਾ ਜੀ ਬੱਤਵਾ ਹੈ ਚ ਰੋਕਦੇ ਤੇ ਡੱਬੇ ਚ ਉਹ ਸਮਾਨ ਲਾਉਣਾ ਬਾਈ ਕਿੱਧਰ ਤੁਸੀਂ ਨਾ ਇੱਕ ਮਿੰਟ ਨਹੀਂ ਸ਼ੁਕਰ ਮੀਟ ਗ੍ਰਾਈਂਡਰ ਹੀ ਲਿਆ ਮੀਟ ਗ੍ਰਾਈਂਡਰ ਹੀ ਲਿਆ ਵੀਰੇ ਮਾੜੇ ਬਹੁਤ ਪੈਸੇ ਬਣ ਗਏ ਬਹੁਤ ਬਹੁਤ ਬਣ ਗਏ ਪੈਸਾ ਵਧੀਆ ਬਣ ਗਿਆ ਅੱਜ ਤੜਕੇ ਦਿਹਾੜੀ ਪੈ ਗਈ ਹੁਣ ਵਿਹਲੇ ਅੱਜ ਮੜੀ ਖੁਰਾਕ ਲੈ ਜਾਈਏ ਥੋੜੀ ਮੋਟੀ ਕੁੱਤਿਆਂ ਦੀ ਬਿੱਲਿਆਂ ਦੀ ਗਾਈਆਂ ਦੀ ਬਾਈ ਇੱਕ ਢੋਲ ਖਰੀਦ ਲਿਆ ਮੈਂ ਠੀਕ ਆ ਦੁੱਧ ਲਾ ਹੋਰ ਉਹ ਬਾਕੀ ਢੋਲ ਆਪਣੇ ਕੋਲ ਹੀ ਰਹਿ ਜਾਂਦੇ ਜਿਹੜੇ ਹੁੰਦੇ ਨੇ ਆਪਣੇ ਕੋਲ ਹੀ ਉਹ ਪਏ ਤਾਂ ਪਏ ਹਾਂ ਬਸ ਠੀਕ ਆ ਮੜਾ ਜਾ ਮੈਂ ਬਾਈ ਜੀ ਤੁਸੀਂ ਕੀ ਖਰੀਦਦੇ ਹੋ ਮੈਂ ਤਾਂ ਦੇਖਦਾ ਪਿਆ ਆਪਣਾ ਚੱਲ ਤੂੰ ਦੇਖ ਲੈ ਭਰਾਵਾ ਅਸੀਂ ਓਏ ਮਗਰ ਤੂੰ ਦੇਖ ਲੈ ਸਮਾਨ ਖਰੀਦ ਲਈਏ ਤੂੰ ਦੇਖ ਲਾ ਬਾਈ ਮੈਂ ਕਹਿੰਦਾ ਸੀ ਗੱਟੇ ਹਿਸਾਬ ਨਾਲ ਖਰੀਦੀ ਕਿਉਂਕਿ ਥਾਂ ਘੱਟ ਆਪਣੇ ਕੋਲੇ ਕੋਈ ਨਾ ਢੇਰ ਲਾ ਤੇ ਚੱਲ ਕੋਈ ਨਾ ਪਹਿਲਾਂ ਮੈਨੂੰ ਐਂ ਦੱਸ ਜਿਹੜਾ ਬਾਈ ਕਹਿੰਦਾ ਵੀ ਮਿਕਸਚਰ ਵਾਲਾ ਉਹਦੇ ਲਈ ਸਮਾਨ ਵੀ ਚਾਹੀਦਾ ਹੈ ਉਹਦੇ ਲਈ ਚਾਹੀਦਾ ਗੇੜਾ ਹੋਰ ਲੱਗੂ ਆਪਣਾ ਇੱਕ ਏ ਨਾਗਰੇ ਬਾਈ ਜੈ ਜੈ ਹੁਣ ਤੁਸੀਂ ਮੈਨੂੰ ਦੱਸੋ ਕਰੋ ਕੀ ਕਰੋਗੇ ਹੁਣ ਤੁਸੀਂ ਕੀ ਮਤਲਬ ਮਤਲਬ ਦੇਖੋ ਸਿਸਟਮ ਯਾਰ ਆਟੋਮੈਟਿਕ ਹੋਊਗਾ ਕੁਝ ਬਾਈ ਆਪਾਂ ਉਹ ਲਾਈਏ ਆਟੋਮੈਟਿਕ ਇੱਥੇ ਕੁਝ ਨਹੀਂ ਹੈ ਬਾਈ ਫੜ ਫੜ ਕੇ ਲਈ ਹੈ ਨਾ ਨਹੀਂ ਨਹੀਂ ਇੱਕ ਮਿੰਟ ਪਹਿਲਾਂ ਇਹਦੇ ਲਾ ਇੱਕ ਮਿੰਟ ਤੁਹਾਨੂੰ ਦੱਸਦਾ ਮੈਂ ਖੜ ਜਾਓ ਇਹਦੇ ਨਹੀਂ ਪਹਿਲਾਂ ਇੱਧਰ ਆਓ ਆ ਜਾਓ ਬੱਕਰੀ ਵਾਲ ਚ ਆ ਜਾਓ ਬਾਈ ਹੌਲੀ ਆਉਣਾ ਸੀ ਬੱਕਰੀ ਤੇਰੀ ਉੱਥੇ ਰਹੇਗੀ ਉਹਨੇ ਨਹੀਂ ਮੈਂ ਉਹਨੂੰ ਲੈ ਕੇ ਨਹੀਂ ਆਇਆ ਖੜ ਜਾ ਤਾਂ ਬੱਕਰਾ ਲੱਗਦਾ ਇੱਕ ਮਿੰਟ ਕਨਫਰਮ ਕਰ ਦੇਗੀ ਬੱਕਰੀ ਤਾਂ ਕਿ ਹੈ ਕਿ ਨਹੀਂ ਹੈਗਾ ਆਪਣੇ ਕੋਲ ਕਿਤੇ ਜਿਹੜੀ ਚੋ ਹੋਈ ਜਾਂਦੀ ਹੈ ਉਹਨੂੰ ਆਪਾਂ ਨੂੰ ਪਰੇ ਕਰੀ ਜਾਂਦੇ ਹਾਂ ਰੁਕ 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 5 ਲੀਟਰ ਦੁੱਧ ਦੇ ਦਾ ਬੱਕਰੀ ਨੇ ਓਲੇ ਬੱਕਰੀ ਪਾਣੀ ਦਿੰਦੀ ਆ ਗਾਂ ਦਿੰਦੀ ਆ 14 ਬਾਈ ਹੋ ਇੱਕ ਆ ਖੁੰਜੀ ਫਿਰਦੀ ਉਹ ਫੜ ਲਿਆ ਹਾਂ ਸੀ ਮੈਂ ਦੇਖੀ ਜਾਣਾ ਜਿਹੜੀ ਜਿੱਧਰ ਮੈਂ ਤੁਹਾਨੂੰ ਦੱਸ ਦੂੰ ਕਿਹੜੀ ਕਿਹੜੀਆਂ ਦੁੱਧ ਵਾਲੀਆਂ ਹੈਗੀਆਂ ਪਸਾਣ ਹੈ ਤੁਸੀਂ ਇੱਦਾਂ ਯਾਰ ਕਿਵੇਂ ਪਤਾ ਲੱਗਦਾ ਖਾਣ ਦੇ ਤੇ ਹੋਰ ਸਹੀ ਆ ਫਿਰ ਠੀਕ ਹੈ ਇਹ ਤਾਂ ਕੱਢ ਲਈ ਧਾਰ ਬਾ ਬਾਈ ਦੋਈ ਆ ਬੱਕਰੀਆਂ ਆਪਣੇ ਦੁੱਧ ਵਾਲੀਆਂ ਉਹ ਤਾਂ ਬੱਕਰਾ ਨਾ ਉਹ ਫਿਰਦਾ ਨਾ ਬੱਕਰੇ ਦੋ ਛੱਡੇ ਮੈਨੂੰ ਲੱਗਦਾ ਤੂੰ ਉਹਦੀ ਨਾ ਕੱਢ ਦੇ ਕਦੇ ਭਰਾ ਨਹੀਂ ਬਾਈ ਅਸੀਂ ਦੋ ਨਹੀਂ ਛੱਡੇ ਬੱਕਰੇ ਤੇ ਉਹ ਆਪ ਹੀ ਹੋਇਆ ਉਹ ਆ ਜਾ ਬਾਈ ਫਿਰ ਮੇਰੀ ਗੱਲ ਸੁਣ ਨਾਗਰੇ ਵੀਰੇ ਆਟੋਮੈਟਿਕ ਸਰ ਮੈਂ ਦੱਸਦਾ ਇਹ ਆਹ ਗੇਟ ਬੰਦ ਕਰੋ ਆਹ ਗੇਟ ਬੰਦ ਕਰੋ ਤੇ ਆਹ ਗੇਟ ਵੀ ਕਰ ਦਿਓ ਬੰਦ ਹੁਣ ਤੁਸੀਂ ਕੀ ਕਰਨਾ ਗਾਂ ਲਿਆਉਣੀ ਹੈ ਠੀਕ ਆ ਫੜ ਕੇ ਤੇ ਉਸ ਤੋਂ ਬਾਅਦ ਇਹ 'ਚ ਵਾੜ ਦੇਣੀ ਹੈ ਬਸ ਤੇ ਪੌੜੀ ਥਾਣੀ ਬਾਹਰ ਨਿਕਲ ਜਾਣਾ ਉਹ ਪੌੜੀ ਥਾਣੀ ਉਹ ਆਪਣੀ ਜਿਹੜੀ ਉਹ ਲੱਗੀ ਹੋਈ ਦੂਜੇ ਗੇਟ ਥਾਣੀ ਬਾਹਰ ਗੇਟ ਨਹੀਂ ਗੇਟ ਗੇਟ ਤੋਂ ਜਿਹੜੀ ਆਹ ਨਹੀਂ ਲੱਗੀ ਹੋਈ ਖਾਣੇ ਵਾਲੀ ਉਹਦੇ ਉੱਤੇ ਚੜ ਕੇ ਥਾ ਬਾਹਰ ਠੀਕ ਹੈ ਠੀਕ ਹੈ ਤੇ ਲੈ ਕੇ ਰੱਬ ਦਾ ਨਾਂ ਚਲੋ ਆ ਜਾਓ ਜੀ ਫਿਰ ਬਾਹਰ ਨਿਕਲ ਹੀ ਹੁੰਦਾ ਮੇਰੇ ਤੋਂ ਇਹ ਇੱਥੇ ਮੈਂ ਗਾਂ ਹੀ ਫੜ ਲਈ ਇੱਥੇ ਆ ਜਾ ਬਸ ਆ ਗਾਂ ਨੂੰ ਪਾ ਲਓ ਹੱਥ ਜਿਹੜੀ ਆ ਖੜੀ ਮੇਰੇ ਕੋਲ ਇੱਧਰ ਕਿਹੜੀ 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 ਆ ਸੀ ਅਜੇ ਦਿਲ ਠੀਕ ਹੈ ਪਾ ਦਿੰਦਾ
ਦੁੱਧ ਕਿੰਨਾ ਦਿੱਤਾ ਪਹਿਲਾਂ ਇਹਨੂੰ ਦੇਖਣ ਦੇ, 14 ਲੀਟਰ ਦਿੱਤਾ, ਪੀ ਕੌਣ ਗਿਆ ਦੁੱਧ? ਗਿੱਲ ਗਿੱਲ ਤਾਂ ਹੀ ਨਹੀਂ ਬੋਲਦਾ ਉਤਰੀ ਭੈਣੂ ਇਸ ਨੂੰ ਫੇਲ ਆ ਮੇਰੇ ਦੁਆਰਾ ਲਾਤਾ। ਵਾਈਟ ਮੋਲਡ ਕੀ ਹੈ ਕਾਉ ਦਾ, ਇਹ ਕੀ ਚੀਜ਼ ਆ? ਵਾਈਟ ਮੋਲਡ ਇਹ ਪਨੀਰ ਬਣਾਉਣ ਨੂੰ ਹੋਣਾ, ਮੋਲਡ ਉੱਲੀ ਹੁੰਦੀ ਹੈ। ਆ ਜਾ ਬਾਈ, ਆ ਵੀ ਲੈ ਜਾ ਬਾਈ, ਇਹ ਆ ਖੜੀ, ਆ ਸੀ ਆ ਸੀ ਆ ਚਿੱਟੀ ਜੀ ਓਏ ਕਿੱਥੇ ਲਿਆ ਕੇ ਲਾਤਾ? ਹੈਲੋ ਬਾਈ ਬਸ ਫੜ ਲਈ ਇਹ ਨਗਰੇ ਬਾਈ, ਇਹਨੂੰ ਪਾਲਾ ਹੱਥ ਨੂੰ ਚੱਕ, ਕੰਮ ਸਹੀ ਹੈ ਨਾ, ਕਰ ਲਿਆ ਕਾਬੂ ਤਾਂ ਬਾਹਰ ਨਿਕਲੋ ਫਿਰਦੀ ਹੈ। ਆਵਾਂ ਆਜੋ ਜੀ, ਪਾਓ ਹੱਥੇ ਨੂੰ, ਚਲੋ ਜੀ ਉਹ ਕਿੱਥੇ ਗਈ, ਕਿਹੜੀ ਗਈ? ਆ ਜਾਂਦੀ ਹੈ ਕਿੱਧਰ ਗਈ? ਹਾਏ 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 ਹਾਏ, ਲੈ ਜਾ ਨੂੰ ਮੈਂ ਲਿਆਉਣਾ ਹੋਰ ਭਾਲ ਕੇ, ਇਹ ਆ ਵੀ ਹੋ ਗਈ, ਆ ਵੀ ਹੋ ਗਈ, ਇੱਧਰ ਆ ਤਾਂ ਢੱਠਾ ਫਿਰਦਾ, ਤੇ ਆ ਜਾ ਤੂੰ ਆ। ਯਾਰ ਬੱਚੇ ਦੇ ਹੀ ਜਾਂਦੀਆਂ ਗਾਈਆਂ ਨਾ, ਬੱਚੇ ਦੇ ਹੀ ਜਾਂਦੀਆਂ ਗਾਈਆਂ, ਬੱਚੀਆਂ ਨਹੀਂ ਦੇ ਰਹੀਆਂ। ਆਪਣਾ ਤਾਂ ਫਾਇਦਾ ਹੀ ਆ, ਆਪਾਂ ਵੱਢ ਦੇਾਂਗੇ। ਠੀਕ ਹੈ ਨਹੀਂ ਤੁਸੀਂ ਚੰਗੇ ਪੜਾਉਂਦੇ ਯਾਰ। ਆ ਤੂੰ ਚੱਲ ਲਵਾਓ ਸੈਕਸੀ ਮੈਨ ਲਵਾਓ ਹੈ ਨਾ, ਸਹੀ ਪਕੜੇ ਹਾਂ। ਉਹਨੇ ਮੈਂ ਹੋਰ ਲੱਭ ਕੇ ਲਿਆਉਣਾ ਗਾਈ ਕੋਈ, ਕਿਤੇ ਲੁਕੀ ਬੈਠੀ ਹੋਵੇ, ਤੈਨੂੰ ਪਤਾ ਹੀ ਇਹਨਾਂ ਦਾ ਟੜਾ ਸਿੰਘ ਹੈ ਇੱਥੇ ਵੀ, ਤੇ ਇੱਥੇ ਬੱਕਰੀਆਂ ਦੋ ਤਾਂ ਆ ਫਿਰਦੀਆਂ ਨੇ, ਆਹ ਬੱਕਰਾ ਹੈ, ਮੈਂ ਕਹਿੰਦਾ ਬੱਕਰਾ ਨਾਲ ਝਟਕਾ ਦਈਏ। ਬੜਾ ਦੌਲਣ ਤੈਨੂੰ, ਖੋਲ ਦਿਓ ਬਾਈ ਗੇਟ, ਨਿਬੜ ਗਿਆ ਕੰਮ। ਕਹਿੰਦਾ ਦੁੱਧ ਦੇਤਾ 42 ਦਾ, 42 ਲੀਟਰ ਹੋ ਗਿਆ ਦੁੱਧ, ਹੁਣ ਇਹ ਨਹੀਂ ਪਤਾ ਵੀ ਕਿਹੜੀ ਗਾਂ ਤੁਸੀਂ ਕੱਢਿਆ ਨਹੀਂ, ਕਿਉਂਕਿ ਟੈਂਕਰ ਭਰ ਗਿਆ। ਪਹਿਲਾਂ ਜਿਹੜਾ ਮੀਟ ਗ੍ਰੈਂਡ ਕਰਨਾ ਸੀ ਇਹਦਾ ਕਰੋ ਕੋਈ ਹੱਲ। ਇੱਕ ਮਿੰਟ, ਪਤੀਲਾ ਹੋਣਾ ਆਪਣੇ ਕੋਲ ਯਾਰ ਪਿਆ ਖਾਲੀ। ਹਾਂ ਪਤੀਲਾ ਤਾਂ ਹੈਗਾ। ਓ ਬਾਈ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ, ਅਰੇ ਆ ਗਿਆ ਆ ਗਿਆ ਆ ਗਿਆ ਆ ਗਿਆ ਆ ਗਿਆ ਆ ਗਿਆ ਸਿਸਟਮ, ਬਾਜੀ ਵਾਹ। ਨਹੀਂ ਬਈ ਪਤੀਲੇ 'ਚ ਫੇਰ ਨਹੀਂ ਪੈ ਰਿਹਾ, ਕੋਈ ਉਹ ਪਹਿਲੇ ਹੋਊਗਾ ਹੋਊਗਾ ਯਾਰ ਹੋਊਗਾ, ਉਹ ਤੇਜ ਵਾਲੇ ਓਏ ਉਹ ਤੇਰੀ ਭੈਣ ਉਹਨਾਂ ਬਾਹਰ ਸਾਰੇ ਕੰਮ ਕਰਾ ਕਰਦਾ। ਲੈ ਸਟੋਪ ਲੈ ਸਟੋਪ ਲੈ ਲੈ ਓਏ ਪਤੀਲਾ ਡੋ, ਪਤੀਲਾ ਮੂੰਹ ਦਾ ਮਾਰਤਾ ਔਰ ਬੇਟੇ ਯਾ ਜਿਆਦਾ ਤੂੰ ਕਰ, ਓਏ 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 ਰੱਬਾ ਫੋਟੋ ਵਾਲੇ ਕਿੱਡੇ ਲੱਭ ਉਹਦੇ ਨਾ ਛਤਰਾ ਮਾਰਾ ਚਲਾ ਕੇ ਉਧਰ ਤਾਂ ਯੂਜ਼ ਆ, ਇੱਥੇ ਕਿ ਓਏ ਇਹ ਨੱਪਦੇ ਇਹ ਨੱਪਦੇ ਰੱਖ ਕੇ ਨੂੰ ਅੰਦਰ ਉਹਦੇ ਚ ਆ ਜਾ, ਬੁੱਚਰ ਵਾਲੀ ਮਿਲ ਗਈ ਆਪਾਂ ਨੂੰ ਕੁਆਲੀਫਿਕੇਸ਼ਨ, ਰੱਖ ਅੰਦਰ ਉਹ ਆ ਕੀ ਬਣਾਤਾ ਭਰਾ ਵਾਹਿ ਗੁਰੂ ਜੀ ਉਹ ਆ ਦੇ ਦੇ ਇੱਧਰ ਆ ਉਹ ਟੰਗ ਤਾ ਓਏ ਓਏ ਖੜ ਜਾ, 1% ਹੋਇਆ 100% ਹੋਊਗਾ ਦੁਬਈ ਕੁਛ ਹੋਊਗਾ ਇਹਦਾ, ਉਹ ਫਰਮੈਂਟ ਹੋਊਗਾ ਫਰਮੈਂਟ ਹੋਊਗਾ, ਦੇਖਿਆ ਓਏ ਆ ਲਾਤੀ ਨਾ ਸੀ ਬਾ ਥੱਲੇ ਰੱਖ ਪਤੀਲੇ ਨੂੰ, ਮੈਂ ਹੀ ਚੱਕ ਕੇ ਦਿਖਾ ਦੇਣਾ ਤੈਨੂੰ, ਲੋੜ ਹੀ ਚਲਾਉਣ ਦੀ ਹਾਂ ਉਹ ਹੀ ਚੱਕੇ ਜਾਊਗਾ। ਪਰ ਰਿੰਗੀ ਕਿਉਂ ਜਾਂਦੀ ਹੈ? ਵਾਹ ਪਤੀਲਾ ਲਾ ਦੇ ਉੱਤੇ,
ਚੱਕ ਲਾ ਬਈ ਉਹ ਚੱਕ ਲਾ ਗੁੰਗਾ ਜਿਹਾ ਗੁੰਗਾ ਜਿਹਾ ਰਿੰਗੀ ਨੂੰ ਦੁੱਧ ਚਾਉਣਾ ਹੋਊਗਾ ਤਾਂ ਰਿੰਗੀ ਤਾਂ ਜਾਂਦੀ ਆ ਠੱਠਾ ਭੈਣ ਚੋ ਇਹਨੂੰ ਕੀ ਚੋਲਾ ਦੇਖ ਲੈ ਹੱਥ ਪਾ ਕੇ ਦੇਖ ਲੈ ਕਿਹਦਾ ਮਨ ਜੇ ਆਹੀ ਡਿੰਗਦਾ ਨਹੀਂ ਮੈਂ ਦੇਖਦਾ ਜੇ ਕੋਈ ਰਹਿੰਦੀ ਹੋਈ ਨਾ ਗਾਂ ਕੀ ਹੋ ਗਿਆ ਤਾਂ ਜਿਹੜਾ ਕਿੱਥੇ ਉਲਝ ਗਿਆ ਤੂੰ ਨਹੀਂ ਉਲਝਿਆ ਕਿੱਧਰ ਮੈਂ ਤਾਂ ਉਹੀ ਬਸ ਸਵਾਲ ਲੈਂਦਾ ਫਿਰਦਾ ਮੈਂ ਜੇ ਕੋਈ ਗਾਂ ਦੁੱਧ ਦੇ ਦੇ 2 ਲੀਟਰ ਧੱਕੇ ਨਾਲ ਹੀ ਉਹ ਫਾਲੀ ਆ ਸੱਚੀ ਫਾਲੀ ਇੱਕ ਓਏ ਆ ਦੁੱਧ ਲਈ ਓਏ ਯਾਰ ਪਤਾ ਕਿੱਥੋਂ ਲੱਗਦਾ ਵੀ ਦੁੱਧ ਹੈਗਾ ਦੇਣਾ ਜੀ ਓਏ ਇਹਨਾਂ ਦੇ ਨਾਂ ਰੱਖਦੇ ਆ ਯਾਰ ਅਗਲੀ ਵਾਰ ਨਾ ਜਦੋਂ ਰੱਖਾਂਗੇ ਹੁਣ ਲਓ ਵੀ ਮਿੱਤਰੋ ਗਾਈਆਂ ਗੂਜਾਂ ਚੋਲੀਆਂ ਸਮਾਨ ਸਮੂਨ ਅਸੀਂ ਬਹੁਤ ਲਏ ਆ ਅੱਜ ਤੇ ਸਾਨੂੰ ਹੌਲੀ ਹੌਲੀ ਮਤਲਬ ਇੱਕ ਚੀਜ਼ਾਂ ਪਤਾ ਲੱਗੀ ਜਾਂਦੀਆਂ ਜੋ ਜੋ ਅਸੀਂ ਕਰਨੀਆਂ ਤੇ ਇੱਦਾਂ ਹੀ ਸਾਡਾ ਸਾਥ ਦੇ ਚੱਲਿਓ ਤੇ ਜੇ ਸਾਡੀ ਚੀਜ਼ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਰ ਦਿਓ ਇੱਕ ਸਾਨੂੰ ਦੱਸਿਆ ਜ਼ਰੂਰ ਕਰੋ ਬਾਈ ਰੰਗ ਰੁੰਗ ਬਾਰੇ ਤੁਸੀਂ ਤੁਹਾਡੇ ਕਹਿਰੇ ਚੱਲਣਾ ਹੈ ਅਸੀਂ ਤੇ ਗਾਈਆਂ ਦੇ ਨਾਂ ਵੀ ਰੱਖਣੇ ਅਸੀਂ ਜਿਹੜੇ ਤੁਹਾਨੂੰ ਸਾਨੂੰ ਤੁਸੀਂ ਕਮੈਂਟਾਂ 'ਚ ਨਾਂ ਦੱਸਿਓ ਤੇ ਜਿਹੜੇ ਸਾਨੂੰ ਵਧੀਆ ਲੱਗੇ ਤਾਂ ਉੱਦਾਂ ਹੀ ਰੱਖਾਂਗੇ ਤੇ ਮਿਲਦੇ ਆ ਤੁਹਾਨੂੰ ਨੈਕਸਟ ਵੀਡੀਓ 'ਚ ਬਾਏ ਬਾਏ ਟੇਕ ਕੇਅਰ ਜਿਉਂਦੇ ਵੱਧਦੇ ਰਹੋ ਤੇ ਕੁੱਕੜੀਆਂ ਲਈ ਕੁਛ ਕਰਨਾ ਖਾਸ ਉਹ ਵੀ ਦੇਖਦੇ ਹਾਂ ਕੀ ਕਰਨਾ ਬਾਏ ਬਾਏ।